ਐਸਾ ਵੀ ਹੋਣ ਲੱਗ ਗਿਆ ਕੁਝ ਤਾਵਾਂ ਤੇ ਜਿੱਥੇ ਕਿ ਜਨਮ ਅਸ਼ਟਮੀ ਵੀ ਮਨਾਈ ਗਈ ਕੁਝ ਗੁਰਦੁਆਰਿਆਂ ਦੇ ਵਿੱਚ ਔਰ ਇਹ ਜਿਹੜਾ ਸਾਰਾ ਟ੍ਰੈਂਡ ਚੱਲ ਰਿਹਾ ਹੈ ਇਹ ਅਲਟੀਮੇਟਲੀ ਸਾਨੂੰ ਉਸ ਪਾਸੇ ਵੱਲ ਹੀ ਧੱਕ ਰਿਹਾ ਜੋ ਬੁੱਧ ਧਰਮ ਦਾ ਹਾਲ ਕੀ ਜਿਹਦੇ ਤੇ ਕੋਈ ਥੋੜੀ-ਬਹੁਤ ਸਖਤੀ ਕਰਦੀ ਹੈ ਸੰਗਤ ਜਾਂ ਹੁੰਦਾ ਹੈ ਉਹ ਅਦਰਵਾਈਜ਼ ਧਮਕੀਆਂ ਦੇਣ ਤੇ ਉਤਰ ਆਂਦਾ ਹੈ ਤੇ ਉਹ ਆਪਣੇ ਆਪ ਦੀ ਸਿਰਚੀ ਸੁਆਪ ਆਂਦਾ ਜਿਵੇਂ ਗੈਲੀ ਰਣਜੀਤ ਸਿੰਘ ਨੇ ਅਗਲੇ ਦਿਨ ਜਦੋਂ ਕਿ ਇਸ ਸੈਕ੍ਰਿਟਿਸਿਜ਼ਮ ਸ਼ੁਰੂ ਹੋਇਆ ਇਹ ਰਾਗਵ ਛੱਡੇ ਤੇ ਜਾ ਕੇ ਕੀ ਕੀਤਾ ਉਹਨੇ ਅਗਲੇ ਦਿਨ ਦੀ ਆਪਣੀ ਪੂਰੀ ਕਥਾ ਹੀ ਜਿਵੇਂ ਸਾਡੇ ਕੁਵੀਰ ਨੇ ਸਾਨੂੰ ਲਿਖਿਆ ਸੀ ਉਸਨੇ ਸਿੱਖਾਂ ਦੇ ਸੱਚੀ ਸਵਾਪਾਈ ਹੈ ਜਦੋਂ ਸੰਸਥਾਵਲ ਡਿਸਟਰਕਸ਼ਨ ਵਾਲ ਨੇ ਓਵਰਆਲ ਨੇਗੇਸ਼ਨ ਹੈ ਫਿਰ ਤੁਹਾਡੀ ਬੇਸਿਕ ਯੂਨਿਟ ਤੁਹਾਡਾ ਘਰ ਹੈ ਅਮਰੀਕਾ ਇੰਗਲੈਂਡ ਤੁਸੀਂ 2-2 ਮਿਲੀਅਨ ਦੇ ਘਰ ਦੂਜੇ ਲੈ ਸਕਦੇ ਆ ਬੜਾ ਹੋਰ ਚੰਗਾ ਲਾਈਫ ਸਟਾਈਲ ਵਧੀਆ ਗੱਡੀ ਲੈ ਸਕਦੇ ਆ ਲੇਕਿਨ ਉਹ ਜਿਹੜਾ ਇਤਿਹਾਸਕਤਾ ਦੇ ਨਾਲ ਜੁੜਿਆ ਹੋਇਆ ਉਹ ਮਿੱਟੀ ਜਿਹਦੇ ਇੱਕ ਇੱਕ ਜ਼ਰਰੇ ਦੇ ਵਿੱਚ ਸ਼ਹੀਦਾਂ ਦਾ ਖੂਨ ਡੁੱਲਿਆ ਹੋਇਆ ਜਿੱਥੇ ਗੁਰੂ ਸਾਹਿਬਾਨ ਦੀ ਚਰਨ ਛੋਹ ਹੈ ਉਹ ਤਾਂ ਪੰਜਾਬ ਦੀ ਧਰਤੀ ਤੇ ਹੀ ਸਿਰਜਿਆ ਗਿਆ ਹੈ ਕਈ ਮਾਮਲਿਆਂ 'ਚ ਸਾਡੇ ਤੋਂ ਦੋ ਕਦਮ ਅੱਗੇ ਚੱਲਦੇ ਨੇ ਜਿਵੇਂ ਭਾਈ ਅਮਰਤਪਾਲ ਸਿੰਘ ਦੇ ਮਾਮਲੇ 'ਚ ਵੀ ਅਸੀਂ ਦੇਖਿਆ ਕਿ ਅਸੀਂ ਇਹ ਸਮਝਦੇ ਸੀ ਜਾਂ ਉੱਥੇ ਬੈਠੇ ਸਮਝਦੇ ਸੀ ਕਿ ਬਹੁਤ ਚੜ੍ਹਾ ਆ ਗਿਆ ਹੈ ਲੇਕਿਨ ਉਹਨਾਂ ਨੇ ਵਿਦਨ 2 ਆਵਰਸ ਜਿਹੜਾ ਉਹ ਸਾਰੀ ਖੇਡ ਖਤਮ ਕਰ ਦਿੱਤੀ ਇਹ ਰਸਤਾ ਜਾਂ ਇਹ ਵਿਚਾਰ ਕਿ ਜੀ ਕੁਝ ਵੀ ਨਹੀਂ ਹੋਣਾ ਇੱਥੇ ਇਵੇਂ ਹੀ ਚੱਲਦੇ ਰਹਿਣਾ ਉਹ ਰਹਿਣਗੇ ਲੋਕ ਇਸ ਕਿਸਮ ਦੇ ਵੀ ਉਹਨਾਂ ਨੂੰ ਹਰ ਹਾਲਤ ਉਹਨਾਂ ਨੂੰ ਲੱਗਦਾ ਸੀ ਵੀ ਅੰਗਰੇਜ਼ ਨੂੰ ਕੌਣ ਕੱਢ ਸਕਦਾ ਹੈ ਇੰਨਾ ਅੰਗਰੇਜ਼ ਦੁਨੀਆ ਭਰ ਚ ਉਹਨਾਂ ਦਾ ਜਿਹੜੇ ਉਸ ਵੇਲੇ ਚੈਲੰਜ ਕਰਦੇ ਸੀ ਉਹਨਾਂ ਨੂੰ ਲੱਗਦਾ ਸੀ ਕਿ ਵੀ ਐਵੇਂ ਮੂਰਖ ਜਿਹੜੇ ਨੇ ਤੁਸੀਂ ਆਪਣੇ ਮਰਬੇ ਲੋ ਆਦੇ ਲੋ ਮौज ਕਰੋ ਅੱਜ ਜਿਹੜੇ ਸਮਝਦੇ ਨੇ ਜੀ ਇੰਡੀਆ ਬਹੁਤ ਵੱਡੀ ਇਕਨੋਮੀ ਦੁਨੀਆ ਦੀ ਫਰਾਨਾ ਆਟਮ ਕਾ ਮੈਂ ਕਿਹਾ ਲੈਸ ਥੈਨ 2% ਹੈ ਇੰਡੀਆ ਦੀ ਇਕਨੋਮੀ ਗਲੋਬਲ ਇਕਨੋਮੀ ਚ ਉਹਦਾ ਸ਼ੇਅਰ ਤੇ ਜਿਸ ਮੁਗਲਿਆ ਸਾਮਰਾਜ ਦੇ ਅਸੀਂ ਗੱਲ ਕਰਦੇ ਆਂ ਜਿਹਦੇ ਨਾਲ ਸਿੱਖਾਂ ਨੇ ਟੱਕਰ ਲਈ ਉਸ ਵੇਲੇ ਦੀ ਗਲੋਬਲ ਜਿਹੜੀ ਇਕਨੋਮੀ ਸੀ ਉਹਦਾ 22% ਮੁਗਲਿਆ ਸਲਤਨਤ ਦੇ ਕੋਲ ਜਿਹੜੀ ਟੈਰੀਟਰੀ ਸੀ ਉਹਦੇ ਚੋ ਵਪਾਰ ਹੁੰਦਾ ਸੀ ਅਲਟੀਮੇਟਲੀ ਲੜਾਈ ਵਧੀਆ ਹਥਿਆਰਾਂ ਨਾਲ ਨਹੀਂ ਜਿੱਤੀ ਜਾਂਦੀ ਲੜਾਈ ਵਿਲ ਦੇ ਨਾਲ ਜਿੱਤੀ ਜਾਂਦੀ ਹੈ ਲੜਾਈ ਈਮਾਨ ਦੇ ਨਾਲ ਜਿੱਤੀ ਜਾਂਦੀ ਹੈ ਵਿਲ ਵੀ ਉਹਨਾਂ ਲੋਕਾਂ ਦੀ ਬਣਦੇ ਆ ਜਿਨ੍ਹਾਂ ਦੇ ਕੋਲ ਈਮਾਨ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮੁਅਲੈਕੁਮ ਅਦਾਬ ਵਰਜ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੋਂ ਮੈਂ ਟੀਵੀ ਰਿਪੋਰਟ ਦੇ ਸਰ ਦੇਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ ਆ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਨਫੇ ਅੰਦਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਐਮਸ਼ਰਸਪੁਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਆਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮੁਆਲੇਕ ਜੀ ਡਾਕਟਰ ਸਾਹਿਬ ਜੀ ਆਨੂ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ ਅੱਜ 16 ਮਈ 2023 ਦੋ ਜੇਠ ਨਾਨਕਸ਼ਹਿਬ ਸੰਬੰਧ 555 ਦਾ ਦਿਨ ਹੈ ਤੇ ਸੋ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪਰ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾਸੀ ਈ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖਦੇ ਇਨਸਪੈਕਟਰ ਨੂੰ ਕੇਵਲ ਆਰਸਨ ਕੇਵਲ ਬੈਲਪਲਿਕ ਕੈਨੇਡਾ ਰੋਕੂ ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਆਈ ਆਨਲਾਈਨ ਸਟ੍ਰੀਮਿੰ ਵਿਊਅਰਸ ਹੈ ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁਕ ਰਾਹੀਂ ਜੁੜੇ ਤੇ ਸਨੋਤ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਸ਼ੁਰੂ ਰੂਪ ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਰਸ ਦੇਖ ਸਕਦੇ ਹੋ ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਇਹ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਗੱਲ ਕਰੀ ਤੂੰ ਵੀਰ ਜੀ ਐਸ ਗਰੇਵਾਲ ਜੀ ਰਾਂ ਵੱਲੋਂ ਸੋ ਇਹਨਾਂ ਬੇਨਤੀ ਕੀਤੀ ਹੈ ਕਿ ਸਾਨੂੰ ਮਜ਼ਬੂਤ ਪੰਥਕ ਅਦਾਰਿਆਂ ਦੀ ਸਖਤ ਲੋੜ ਹੈ ਜੋ ਕੌਮ ਨੂੰ ਅਖੇਤਰ ਵਿੱਚ ਸੇਧ ਦੇ ਸਕਣ ਮੌਕੇ ਤੇ ਸਾਡੀਆਂ ਸੰਸਥਾਵਾਂ ناکਾਮ ਹੋ ਰਹੀਆਂ ਹਨ ਲੋਕਾਂ ਵਿੱਚ ਨਿਰਾਸ਼ਾ ਹੈ ਅਤੇ ਬਹੁਤਿਆਂ ਨੇ ਮੰਨ ਲਿਆ ਹੈ ਕਿ ਸਾਡਾ ਇਹੋ ਹਾਲ ਰਹਿਣਾ ਹੈ ਇੱਥੇ ਕੁਝ ਸੁਧਰ ਨਹੀਂ ਸਕਦਾ ਲੋਕ ਵੀ ਬਸ ਆਪੋ ਆਪਣੇ ਕਮਾਂਕਾਰਾਂ ਵਿੱਚ ਰੁੱਝੇ ਹੋਏ ਹਨ ਔਰ ਜਿਵੇਂ ਪੰਥਕ ਤੌਰ ਤੇ ਕਿਸੇ ਚੀਜ਼ ਦੀ ਪਰਵਾਹ ਨਾ ਹੋਵੇ ਸੋ ਉਮੀਦ ਵੀ ਕਰਦੇ ਜਾ ਰਿਹਾ ਹੈ ਸੋ ਆਦੀ ਸਪਾਂਸਰਸ਼ਿਪ ਲਈ ਅਸੀਂ ਜੀਐਸ ਗਰੇਵਾਲ ਜਰਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਤਵਾਦ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਦੂਸਨਕਾਲ ਕਾਰਸ ਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਉਹ ਤੁਹਾਨੂੰ ਈਮੇਲ ਵੀ ਕਰ ਸਕਦੇ ਹੋ info@very4.tv ਤੇ so viewers ਜਿਸ ਤਰ੍ਹਾਂ ਕਿ ਸਾਨੂੰ ਜੀਐਸ ਗਰੇਵਾਲ ਜਰਾਂ ਨੇ ਜਿਹੜੀ ਸਪਾਂਸਰਸ਼ਿਪ ਭੇਜੀ ਹੈ so ਉਸ ਦੇ ਬਿਹਾਫ ਤੇ ਆਪਾਂ ਜਿਹੜੇ ਪਹਿਲੇ ਸੈਗਮੈਂਟ ਵਿੱਚ ਵਿਚਾਰ ਚਰਚਾ ਕਰਾਂਗੇ ਕਿ ਸਿੱਖ ਕੌਮ ਦੀ ਜਿਹੜੀ ਅਜੋਕੀ ਦਸ਼ਾ ਨੂੰ ਦੇਖਦੇ ਹਾਂ ਕਿ ਦਸ਼ਾ ਐਸੀ ਜਿਹੜੀ ਦਸ਼ਾ ਹੈ ਕੀ ਹੋਵੇਗੀ ਔਰ ਕੌਮ ਦੀ ਜਿਹੜੀ ਆਪਣੀ ਲਖਣ ਹੋਣ ਨਾਲ ਸਾਊਥ ਏਸ਼ੀਆ ਵਿੱਚ ਜਿਹੜੀ ਆਜ਼ਾਦੀ ਜਿਹੜੀ ਹੈ ਉਸ ਜਿਹੜਾ ਸਾ ਲੈ ਸਕੇ so ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਤੁਸੀਂ ਅਸੀਂ ਚਾਹਾਂਗੇ ਕਿ ਤੁਸੀਂ ਅਣ ਇਸ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਤੋਂ ਬਹੁਤ ਬਹੁਤ ਸ਼ੁਕਰੀਆ ਜੀ ਰਾ ਸਰਬ ਕੀ ਵਿਚਾਰਾਂ ਨੇ ਅ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਵੀਵਰਸ ਦਾ ਸਾਂਝੇ ਤੌਰ ਤੇ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਕੱਲ ਦੇ ਸਾਡੇ ਦੋਨੋਂ ਸੈਗਮੈਂਟਸ ਨੂੰ ਜਿਹੜਾ ਇੱਕ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਦੀ ਜਿਹੜੀ ਅਕਾਲ ਤਖਤ ਦੀ ਪ੍ਰੈਸਟੀਜ ਨੂੰ ਹਾਰਮ ਕਰਨ ਵਾਲੀ ਉਸਦੀ ਐਕਟੀਵਿਟੀ ਰਾਗਵ ਚੱਡਾ ਦੇ ਉਸ ਫੰਕਸ਼ਨ ਚ ਜਾਣਾ ਔਰ ਜਦੋਂ ਕਿ ਸਾਈਮਲਟੇਨੀਅਸਲੀ ਪੰਜਾਬ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦਾ ਗੁਰਗੱਦੀ ਦਿਵਸ ਔਰ ਖਾਲਸਾ ਵਹੀਰ ਭਾਈ ਪਰਮਜੀਤ ਸਿੰਘ ਪੰਜਵਰਡ ਅ ਉਹਨਾਂ ਦੀ ਯਾਦ ਦੇ ਵਿੱਚ ਭੋਗ ਜਿਹੜਾ ਪਹਿਲਾਂ ਬੁੰਗਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਪਿਆ ਫਿਰ ਉਹਨਾਂ ਦੇ ਪਿੰਡ ਪਿਆ ਇਸੇ ਤਰ੍ਹਾਂ ਅਜੇ ਤੱਕ ਉਹਨਾਂ ਦਾ ਕੌਮੀ ਇਨਸਾਫ ਮੋਰਚੇ ਤੇ ਨਾ ਜਾਣਾ ਜਾਂ ਬਰਗਾੜੀ ਮੋਰਚੇ ਤੇ ਨਾ ਜਾਣਾ لیکن ਇਹ ਸਾਰੇ ਹੀ ਪੰਥਕ ਏਜੰਡੇ ਨੂੰ ਇਗਨੋਰ ਕਰਕੇ ਆਮ ਆਦਮੀ ਪਾਰਟੀ ਦੀ ਉਸ ਗੈਦਰਿੰਗ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਪਿਛਲੇ 1 ਸਾਲ 'ਚ ਸਿੱਖ ਨੌਜਵਾਨਾਂ ਦੀ ਫੜੋ ਫੜੀ ਔਰ 9 ਅਮਰਪਾਲ ਸਿੰਘ ਤੋਂ ਇਲਾਵਾ ਹੋਰ ਸਜਨਾ ਨੂੰ ਜਿਹੜਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਹੋਇਆ ਔਰ ਇਸ ਦਿਨ ਨਾਲ ਨਾਲ ਪੰਜਾਬ ਦੇ ਵਿੱਚ ਆਲਮੋਸਟ ਇਸ ਕਿਸਮ ਦਾ ਮਾਹੌਲ ਸਿਰਜਿਆ ਹੋਇਆ ਹੈ ਜਿੱਥੇ ਕਿ ਆਜ਼ਾਦਾਨਾ ਤੌਰ ਤੇ ਧਾਰਮਿਕ ਪ੍ਰਚਾਰ ਉਸ ਦੇ ਉੱਤੇ ਵੀ ਪਾਬੰਦੀਆਂ ਵਾਲਾ ਮਾਹੌਲ ਹੈ ਭਾਈ ਅਮਰਿਤਪਾਲ ਸਿੰਘ ਦਾ ਇਹੀ ਮੇਨ ਕਸੂਰ ਸਿਰ ਉਹ ਹੀ ਦਿੱਲੀ ਜਿਸ ਦੇ ਵਿੱਚ ਜਥੇਦਾਰ ਕਾਲ ਤਖਤ ਜਾ ਕੇ ਸ਼ਰਕਤ ਕਰਦਾ ਹੈ ਉੱਥੇ ਹੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਜਿਨ੍ਹਾਂ ਨੂੰ ਕੋਈ ਰਾਤ ਤਾਂ ਕੀ ਦੇਣੀ ਹੈ ਜਿਹੜੀ ਉਹਨਾਂ ਦੀ ਰਿਵਿਊ ਕਮੇਟੀ ਦੀ ਮੀਟਿੰਗ ਹੈ ਉਹੀ ਕਈ ਮਹੀਨਿਆਂ ਤੋਂ ਇਹਦੇ باوجود ਸਾਲ ਪੰਜਾਬ ਚ ਵੀ ਇਹਨਾਂ ਦੀ ਹਕੂਮਤ ਨੂੰ ਹੋ ਚੁੱਕਾ ਸੋ ਇਹ ਸਾਰੇ ਨੁਕਤੇ ਅਸੀਂ ਚੁੱਕੇ ਸੀ ਔਰ ਅਸੀਂ ਹਮੇਸ਼ਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਬਜਾਏ ਕਿ ਫੋਕਾ ਗਾੜੀ ਗਲੋਚ ਦੇ ਜਿਹੜਾ ਬਹੁਤ ਸਾਰਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਯਾਨੀ ਹਰਪ੍ਰੀਤ ਸਿੰਘ ਨੂੰ ਵੀ ਔਰ ਜਿਹੜਾ ਰਾਗੀ ਜੱਥਾ ਪਟਿਆਲੇ ਦਾ ਹੈ ਔਰ ਕੱਲ ਕੁਦਰਤੀ ਮੈਂ ਮੈਨੂੰ ਕਿਸੇ ਨੇ ਉਹਨਾਂ ਦੀ ਵੀਡੀਓ ਭੇਜੀ ਰਾਗੀ ਜੱਥੇ ਦੀ ਕਿ ਜੀ ਉਹਨਾਂ ਨੇ ਮਾਫੀ ਵੀ ਮੰਗੀ ਹੈ ਪਰ ਉਸ ਕਿਸਮ ਦੀਆਂ ਹਰਕਤਾਂ ਗੱਲਾਂ ਕਰ ਰਹੇ ਨੇ ਉਹ ਸੋਣ ਲੱਗਦਾ ਹੈ ਕਿ ਵੀ ਇਹ ਸਾਰੇ ਹੀ ਜਿਹੜੇ ਨੇ ਅਲਟੀਮੇਟਰੀ ਲਫਾਫਿਆਂ ਦੀ ਮਾਰ ਹੀ ਨੇ ਬਿਲਕੁਲ ਜਿਹਨੂੰ ਜਿੰਨਾ ਭਾਰਾ ਰਫਾਫਾ ਮਿਲਦਾ ਹੈ ਉਹ ਕਹਿ ਰਿਹਾ ਜੀ ਦੂਜੀ ਉੱਚੀ ਹਸਤੀ ਕਿਉਂਕਿ ਅਕਾਲ ਤਖਤ ਦੇ ਵੀ ਬੈਠੇ ਸੀ 180 ਜੇ ਕੁਝ ਦੇਖਿਆ ਵੀ ਕਿ ਨਹੀਂ ਆ ਅਸੀਂ ਕਹਿ ਨਹੀਂ ਸਕੇ ਪਰ ਅਸੀਂ ਦੇਖੋ ਦਸਵੇਂ ਪਾਤਸ਼ਾਹ ਦੀ ਬਾਣੀ ਵੀ ਪੜਦੇ ਆ ਅਸੀਂ ਫਰਾਣਾ ਨਾਲ ਸ਼ਬਦ ਸੁਣਾਉਣ ਲੱਗ ਗਏ ਮਤਲਬ ਇੱਕ ਉਹ ਫੋਕਾ ਜਿਹਾ ਕੰਮ ਔਰ ਕੋਈ ਇਸ ਕਿਸਮ ਦਾ ਰਿਗਰਟ ਨਹੀਂ ਹਾਂਜੀ ਅਸੀਂ ਕੋਈ ਨਹੀਂ ਸਾਨੂੰ ਜਿਹੜੇ ਹੁਣ ਇਹ ਇਤਰਾਜ਼ ਕਰ ਰਹੇ ਨੇ ਦੇਖੋ ਜੀ ਰੇਲ ਗੱਡੀਆਂ ਜਿਹੜੀ ਹਜ਼ੂਰ ਸਾਹਿਬ ਜਾਂਦੀ ਹੈ ਦੂਜਾ ਉਹਦੇ ਡੱਬਿਆਂ ਚ ਵੀ ਕੀਰਤਨ ਚੱਲ ਰਿਹਾ ਹੁੰਦਾ ਹੈ ਉਹਦੇ ਚ ਵੀ ਸਭ ਨੇ ਜੁੱਤੀਆਂ ਪਾਈਆਂ ਹੁੰਦੀਆਂ ਫੁਲਾਣੀ ਥਾਂ ਵੀ ਐਵੇਂ ਹੋ ਰਿਹਾ ਹੁੰਦਾ ਸੋ ਮਤਲਬ ਇਹ ਹੈ ਕਿ ਵੀ ਉਹ ਜਿਵੇਂ ਅਮਰੀਕਾ ਚ ਕਹਿੰਦੇ ਨੇ ਕਿ ਟੂ ਰੋਂਗਸ ਡੋਟ ਮੇਕ ਅ ਰਾਈਟ ਕਿ ਵੀ ਜੇ ਕੋ ਕੋ ਗਲਤੀ ਕਰਦਾ ਹੈ ਉਹ ਆਪਣੀ ਗਲਤੀ ਨੂੰ ਜਸਟੀਫਾਈ ਕਰਨ ਦੇ ਲਈ ਕਹੇ ਜੀ ਫਲਾਣ ਨੇ ਵੀ ਗਲਤੀ ਕੀਤੀ ਹੈ ਇਹਦਾ ਮਤਲਬ ਉਹਦੀ ਗਲਤੀ ਸੁਧਰ ਨਹੀਂ ਜਾਂਦੀ ਲੇਕਿਨ ਇਹ ਮੈਨੂੰ ਨਹੀਂ ਪਤਾ ਕਿ ਬਈ ਇਹਦਾ ਪੱਕਾ ਹਾਲ ਇਹਨਾਂ ਦਾ ਸਾਰਿਆਂ ਦਾ ਕੀ ਹੈ ਲੇਕਿਨ ਅਸੀਂ ਇੱਕ ਤੋਂ ਬਾਅਦ ਇੱਕ ਹਰਕਤ ਦੇਖ ਰਹੇ ਹਾਂ ਕਿ ਭਾਈ ਇਹ ਰਾਗੀ ਚਮਕੀਲੇ ਦੇ ਗੀਤ ਵੀ ਗਾਉਣ ਲੱਗ ਗਏ ਨੇ ਦੂਜੇ ਵੀ ਗੀਤ ਗੀਤਾਂ ਵਾਲਾ ਕੰਮ ਹੈ ਉਹ ਦਿਨ ਵੀ ਦੂਰ ਨਹੀਂ ਹੈ ਜਦੋਂ ਅਸੀਂ ਜਿਹੜਾ ਇਹਨਾਂ ਨੂੰ ਜਗਰਾਤਿਆਂ ਦੇ ਉੱਤੇ ਵੀ ਭੇਟਾਂ ਕਰਨੀਆਂ ਸੁਣਾਂਗੇ ਉਦੋਂ ਵੀ ਕਹਿਣਗੇ ਕਿ ਜੀ ਦੇਖੋ ਰੱਬ ਤਾਂ ਹਰ ਪਾਸੇ ਹੁੰਦਾ ਔਰ ਇਹੀ ਜਸਟੀਫਿਕੇਸ਼ਨ ਇਹ ਕਿ ਜਿਹੜੀ ਰਾਗੀ ਜਥਾ ਦੇ ਰਿਹਾ ਦੂਜਾ ਕਹਿ ਰਿਹਾ ਜੀ ਜਿਹੜੇ ਸਾਡੀ ਗੋਲਕਾਂ ਦੇ ਵਿੱਚ ਪੈਸੇ ਪੈਂਦੇ ਨੇ ਉਹ ਤਾਂ ਸਿੱਖਾਂ ਦੇ ਤਾਂ ਜਿਹੜੇ ਪੱਗਾਂ ਵਾਲੇ ਨੂੰ ਤਾਂ 10% ਦੀ ਹੁੰਦੇ ਨੇ 90% ਉਹ ਪਾਉਂਦੇ ਨੇ ਜਿਹੜੇ ਸਹਿਜਤਾਰੀ ਨੇ ਤੇ ਅਸੀਂ ਉਹਨਾਂ ਨੂੰ ਕੀਰਤਨਾਂ ਸਿਖਾਵਾਂਗੇ ਜਾਂ ਕੀਰਤਨਾਂ ਸੁਣਾਵਾਂਗੇ ਤੇ ਉਹ ਇੱਧਰ ਕਿਵੇਂ ਆਣਗੇ ਇਹੀ ਗੱਲ ਗਾਨੀ ਰਣਜੀਤ ਸਿੰਘ ਜਿਹੜਾ ਨਾਲ ਦਲਾਲ ਬਣ ਕੇ ਹਰਥਾਂ ਪਹੁੰਚਿਆ ਹੁੰਦਾ ਉਹ ਬੰਗਲਾ ਸਾਹਿਬ ਦੀ ਆਪਣੀ ਕਥਾ 'ਚ ਵੀ ਕਹਿ ਰਿਹਾ ਕਿ ਜੀ ਆ ਦੇਖੋ ਬੰਗਲਾ ਸਾਹਿਬ ਵੀ ਦੇਖੋ ਕਿੰਨੇ ਦੂਜੇ ਲੋਕ ਨੇ ਅਸੀਂ ਹੁਣ ਇਹ ਇਸ ਕਿਸਮ ਦਾ ਵਰਤਾਰਾ ਔਰ ਇਹੀ ਅਲਟੀਮੇਟਲੀ ਜਦੋਂ ਭਾਜਪੀ ਦੇ ਹਿੰਦੂਤਵਾ ਐਜੰਡੇ ਦੀ ਗੱਲ ਕਰਦੇ ਆ ਉਹਨਾਂ ਨੂੰ ਕੋਈ ਇਸ ਗੱਲ ਦੀ ਪਰਵਾਹ ਨਹੀਂ ਹੈ ਕਿ ਕਿਸੇ ਦੇ ਵਾਲ ਰੱਖੇ ਹੋਏ ਨੇ ਜਾਂ ਨਹੀਂ ਉਹਨਾਂ ਦੇ ਤਾਂ ਆਪਣੇ ਜਿੰਨੇ ਸਾਧੂ ਸੰਿਆਸੀ ઋષਿ ਮੁਨੀ ਸਾਰੇ ਵਾਲਾਂ ਵਾਲੇ ਨੇ ਦਾੜ੍ਹੀਆਂ ਵਾਲੇ ਨੇ ਉਹਨਾਂ ਦੇ ਸਾਰੇ ਡਰਾਮੇ ਵੀ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਉਹ ਤਾਂ ਇਸੇ ਲਈ ਸਿੱਖ ਪੰਥ ਕਹਿ ਕੇ ਇੱਕ ਵੇ Hindu towa de vich keh ke ਉਹਨਾਂ ਨੂੰ ਲੱਗਦਾ ਹੈ ਕਿ ਭਾਈ ਉਹ ਜਿਹੜਾ ਹੈ ਉਹਨਾਂ ਨੇ ਆਪਣੇ ਆਪ ਚ ਸਮਰਟ ਲਿਆ ਉਹਨਾਂ ਨੂੰ ਬੁੱਧ ਜੈਨ ਧਰਮ ਤੋਂ ਵੀ ਕੋਈ ਪ੍ਰੋਬਲਮ ਨਹੀਂ ਰਹੀ ਜਦੋਂ ਉਹਨਾਂ ਨੇ ਬੁੱਧ ਨੂੰ ਵਿਸ਼ਨੂੰ ਦਾ avatars ਬਣਾ ਦਿੱਤਾ ਤੇ ਬੁੱਧ ਧਰਮ ਵਾਲੇ ਵੀ ਉਹੀ ਲੋਕ ਕਰਨ ਲੱਗ ਗਏ ਜੋ ਬ੍ਰਾਹਮਣਵਾਦ ਵਾਲੇ ਕਰਦੇ ਸੀ ਬਿਲਕੁਲ ਜੇ ਬੁੱਧ ਨੇ ਸਾਰਨਾਥ ਬਨਾਰਸ ਤੋਂ ਕੁਝ ਦੂਰ ਖਲੋ ਕੇ ਕਹਿ ਸੀ ਕਿ ਮੈਂ ਬ੍ਰਾਹਮਣ ਕੋ ਨਹੀਂ ਮੰਨਤਾ ਅੱਜ ਤੁਸੀਂ ਬੁੱਧ ਧਰਮ ਦਾ ਜਿਹੜਾ ਪ੍ਰੈਕਟੀਕਲ ਬੁੱਧ ਧਰਮ ਹੈ ਉਹਦੇ ਵਿੱਚ ਉਥੇ ਜੋ ਪ੍ਰੈਕਟਿਸ ਕੀਤਾ ਜਾਂਦਾ ਹੈ ਉਹੀ ਬ੍ਰਾਹਮਣਾ ਵਾਲੀ ਪੂਜਾ ਹੈ ਉਹੀ ਮੂਰਤੀਆਂ ਬੁੱਧ ਦੀਆਂ ਆ ਗਈਆਂ ਉਹੀ ਜਿਹੜਾ ਤੌਰ ਤਰੀਕੇ ਨੇ ਉਹੀ ਉਹਨਾਂ ਦੇ ਭਿਖਸ਼ੂ ਭਿਖਸ਼ੂਣੀਆਂ ਨੇ ਤੇ ਇਹਨਾਂ ਦੇ ਸੰਿਆਸੀ ਬੈਰਾਗੀ ਔਰ ਅ ਦੂਜੇ ਸੰਤ ਇਹ ਇਹਨਾਂ ਨੇ ਫਰਕ ਤਾਂ ਕੋਈ ਨਹੀਂ ਹੈ ਉਹੀ ਭਗਵਾ ਰੰਗ ਉਹਨਾਂ ਦਾ ਉਹੀ ਉਹਨਾਂ ਦਾ ਹੈ ਜੇ ਕੋਈ ਬੋਧਾ ਜਾਣਦਾ ਨਾ ਹੋਈ ਤਾਂ ਉਹਨਾਂ ਦੇ ਲਈ ਇੱਕੋ ਹੀ ਕਲਾਸ ਹੈ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਉਹਦੇ ਨਾਲ ਕਿਉਂਕਿ ਜਦੋਂ ਤੱਕ ਬੁੱਧ ਦਾ ਥਾਟ ਇਸ ਤੇ ਖੜਾ ਸੀ ਕਿ ਮੈਂ ਬ੍ਰਾਹਮਣ ਕੋ ਨਹੀਂ ਮੰਨਤਾ ਔਰ ਉਸ ਦੇ ਥੱਲੇ ਉਹਨੇ ਬ੍ਰਾਹਮਣਵਾਦ ਦੇ ਜਾਤ ਪਾਤੀ ਸਿਸਟਮ ਨੂੰ ਚੈਲੰਜ ਕੀਤਾ ਸੀ ਬੁੱਧ ਨੇ ਬ੍ਰਾਹਮਣਵਾਦ ਦੇ ਰਿਚੁਅਲਿਜ਼ਮ ਨੂੰ ਕਰਮਕਾਂਡ ਨੂੰ ਚੈਲੰਜ ਕੀਤਾ ਸੀ ਉਦੋਂ ਜਿਹੜਾ ਉਹ ਬੁੱਧ ਦਾ ਨਾਮ ਉਹ ਨਿਸ਼ਾਨ ਮਠਾਣ ਤੱਕ ਗਏ ਜਿਹਨੂੰ ਅਲਾਮਾ ਇਕਵਾਲ ਨੇ ਕਿਹਾ ਕਿ ਭਾਈ ਕਿਵੇਂ ਜਿਹੜਾ ਉਹਨਾਂ ਨੇ ਬ੍ਰਾਹਮਣ ਸਰਸ਼ਾਰ ਹੈ ਅਬ ਤੱਕ ਮਏ ਪਿੰਦਾਰ ਮੇ ਸ਼ਮਾਇ ਗੌਤਮ জ্বল ਰਹੀ ਹੈ ਮਹਿਫਲ 11 ਉਸ ਬੁੱਧ ਧਰਮ ਦਾ ਤਾਂ ਉਹਨਾਂ ਨੇ ਸਫਾਇਆ ਕਰਕੇ ਛੱਡਿਆ ਸੀ ਹੁਣ ਉਹੀ ਸ਼ਾਸਤਰ ਔਰ ਸ਼ਸਤਰ ਵਾਲੀ ਟੈਕਨੀਕ ਸਿੱਖਾਂ ਦੇ ਉੱਤੇ ਇਸ ਸਨਾਤਨੀ Hindu ਧਰਮ ਦੇ ਨਾਮ ਥੱਲੇ ਵੀ ਜਿਹਦੇ ਸਾਰੇ ਹੀ ਰਲ ਗਏ ਤੁਸੀਂ ਮੈਂ ਬਹੁਤ ਵਾਰੀ ਗੱਲ ਕਿਉਂਕਿ ਰਿਪੀਟ ਕਰਨ ਵਾਲੀ ਹੁੰਦੀ ਹੈ ਕਿ ਜੇ ਤੁਸੀਂ ਇਹਨਾਂ ਦੇ ਅੱਡ-ਅੱਡ ਕਰੰਟ ਦੇਖੋ ਜਿਹੜੇ ਇੱਕ ਦੂਜੇ ਦੇ ਨਾਲ ਜਿਨ੍ਹਾਂ ਦਾ ਪੋਲਸ ਆਪਾਰਟ ਨੇ ਜੀ ਆਰੀਆ ਸਮਾਜ ਜਿਹੜਾ ਦਿਆਨੰਦ ਨੇ ਬਣਾਇਆ ਮੂਰਤੀ ਪੂਜਾ ਦੇ ਬਿਲਕੁਲ ਖਿਲਾਫ ਔਰ ਉਹਦਾ ਮਰਡਰ ਵੀ ਫਾਈਨਲੀ ਜਿਹੜੇ ਨੇ ਉਹ ਬਨਾਰਸ ਦੇ ਪਾਂਡੇ ਹੀ ਕਰਦੇ ਨੇ ਸਾਜ਼ਿਸ਼ ਦੇ ਤਹਿਤ ਫਿਰ ਤੁਸੀਂ ਦੇਵ ਸਮਾਜ ਬ੍ਰਹਮੋ ਸਮਾਜ ਜਿਹੜੇ ਬਿਲਕੁਲ ਜਾਤ ਪਾਤ ਦੇ ਖਿਲਾਫ ਜਿਹੜਾ ਆਰੀਆ ਸਮਾਜ ਪੁਰਾਣਿਕ ਹਿੰਦੂ ਧਰਮ ਦੇ ਬਿਲਕੁਲ ਖਿਲਾਫ ਕੋਈ ਉਹ ਵਿਸ਼ਨੂ અવਤਾਰ ਕੋਈ ਨਾਮ ਮੰਨਣ ਵਾਲਾ ਲੇਕਿਨ ਅੱਜ ਤੁਹਾਨੂੰ ਕਿਤੇ ਨਜ਼ਰ ਆਉਂਦਾ ਕਿ ਕੋਈ ਔਰ ਉਹੀ ਦਿਆਨੰਦ ਪੈਦਾ ਗੁਜਰਾਤ ਚ ਹੁੰਦਾ ਉਹੀ ਜਿਹੜਾ ਵਿਵੇਕਾਨੰਦ ਜਿਸ ਨੂੰ ਇਹ ਆਈਕੋਨਿਕ ਫਿਗਰ ਬਣਾ ਕੇ ਜਦੋਂ ਬਾਹਰ ਵੇਚਣਾ ਹੁੰਦਾ ਉਹ ਇੱਕ ਜਾਂ ਗਾਂਧੀ ਨੂੰ ਵੇਚਦੇ ਨੇ ਜਾਂ ਵਿਵੇਕਾਨੰਦ ਨੂੰ ਤੇ ਵਿਵੇਕਾਨੰਦ ਜਿਹੜਾ ਉਹ ਸਭ ਤੋਂ ਵੱਡਾ ਐਡਮਾਇਰਰ ਮੁਗਲਿਆ ਦੌਰ ਦਾ ਕਿ ਭਾਈ ਦੇਖੋ ਕਿਸ ਕਿਸਮ ਦੀ ਸ਼ਾਨਦਾਰ ਆਰਕੀਟੈਕਟ ਔਰ ਕੀ ਕੀ ਤਾਰੋਂ ਨੂੰ ਜਸਟੀਫਾਈ ਕਰਦਾ ਹੈ ਕਿ ਵੀ ਇਹ ਕਾਸ ਸਿਸਟਮ ਇਨਾ ਕਿ क्रुएਲ ਸੀ ਇਹਨਾਂ ਦਾ ਕਿ ਉਹਨਾਂ ਚੋਂ ਇੱਕ ਤਬਕਾ ਨੇ ਜਾਣਾ ਹੀ ਜਾਣਾ ਸੀ ਇਸਲਾਮ ਦੇ ਵਿੱਚ ਇਹਨਾਂ ਹਾਲਾਤਾਂ ਦੇ ਚਲਦੇ ਅਸੀਂ ਦੇਖਦੇ ਹਾਂ ਵੀ ਅੱਜ ਜਿਹੜਾ ਹਿੰਦੂ ਧਰਮ ਸਾਹਮਣੇ ਹੈ ਸਨਾਤਨੀ ਹਿੰਦੂ ਧਰਮ ਦੇ ਨਾਂ ਥੱਲੇ ਉਹਦੇ ਚ ਆਰੀਆ ਸਮਾਜ ਵੀ ਵਿੱਚੇ ਆ ਗਿਆ ਅੱਛਾ ਬ੍ਰਹਮੋ ਸਮਾਜ ਵੀ ਉਹਦੇ ਵਿੱਚੇ ਆ ਗਿਆ ਦੇਵ ਸਮਾਜ ਵੀ ਉਹਦੇ ਵਿੱਚੇ ਆ ਗਿਆ ਮੂਰਤੀ ਪੂਜਕ ਵੀ ਨੇ ਮੂਰਤੀ ਖੰਡਕ ਵੀ ਨੇ ਵਿਸ਼ਨੂੰ ਨੂੰ ਮੰਨਣ ਵਾਲੇ ਵੀ ਨੇ ਵੇਦਾਂ ਨੂੰ ਮੰਨਣ ਵਾਲੇ ਵੀ ਨੇ ਔਰ ਸਭ ਤੋਂ ਅਬਵਾਨ ਜਿਹੜੇ ਟੋਟਲ ਜਿਹੜੇ 6 ਸ਼ਾਸਤਰਾਂ ਚੋਂ ਇੱਕ ਸ਼ਾਸਤਰ ਦਾ ਰਚਾਇਤਾ ਜਿਹੜਾ ਬਿਲਕੁਲ ਨਾਸਤਿਕ ਵਿਚਾਰਧਾਰਤਾ ਰਹੀ ਸੀ ਜੀ ਉਹ ਵੀ ਜਿਹੜੇ ਨੇ ਉਸ ਦੇ ਉੱਤੇ ਆ ਕੇ ਖਰੋਤੇ ਨੇ ਔਰ ਜੇ ਔਰ ਉਸ ਨੇ ਅਜੰਡਾ ਵੀ ਸੈੱਟ ਕਰ ਦਿੱਤਾ ਪੋਲਿਟਿਕਲ ਪਾਰਟੀਆਂ ਦਾ ਕਿਉਂਕਿ ਬਹੁਤ ਸਾਰਿਆਂ ਚ ਬੜੀ ਉਛਲ ਕੂਦ ਹੈ ਕਰਨਾਟਕਾ ਦੀ ਵਿਕਟਰੀ ਨੂੰ ਲੈ ਕੇ ਕਿ ਜੀ ਹੁਣ ਇਹਨਾਂ ਅਦਾਤ ਮੈਂ ਅੱਗੇ ਵੀ ਇਹ ਜ਼ਿਕਰ ਕੀਤਾ ਸੀ ਕੇਜਰੀ ਨਾਲ ਕੀ ਫਰਕ ਪੈਂਦਾ ਉਹਨਾਂ ਨੂੰ ਕਿਉਂਕਿ ਅਜੈਂਡਾ ਆਲਰੈਡੀ ਇਹਨਾਂ ਨੇ ਹਿੰਦੂਤਵਾਦ ਦਾ ਸਾਰੀਆਂ ਸਿਆਸੀ ਪਾਰਟੀਆਂ ਸੈੱਟ ਕਰ ਦਿੱਤਾ ਸੋ ਉਹ ਕੇਜਰੀਵਾਲ ਵੀ ਹਨੂਮਾਨ ਭਗਤ ਹਨੂਮਾਨ ਚਲੀਸਾ ਸੁਣਾਉਂਦਾ ਹੈ ਇਹਦਾ ਤੁਸੀਂ ਹਾਲ ਦੇਖੋ ਭਗਵੰਤ ਮਾਨ ਦਾ ਇਹ ਬਿਲਕੁਲ ਉਹਨਾਂ ਦੇ ਜਾ ਕੇ ਉਹ ਜੇ ਕੁਝ ਕਰ ਰਿਹਾ ਹੁੰਦਾ ਜੇ ਉਹ ਜੇ ਬਾਕੀ ਕਰਦੇ ਨੇ ਕਿਤੇ ਉਹ ਕਿਸੇ ਦਾ ਚੇਲਾ ਕਹਿੰਦੇ ਕਿਤੇ ਕਿਸੇ ਦਾ ਚੇਲਾ ਔਰ ਇਹੀ ਕਹਾਣੀ ਜਿਹੜੀ ਹੈ ਅਕਾਲੀ ਦਲ ਜਿਹੜਾ ਕਿ ਅੱਡ ਖਾਲਸੇ ਦੀ ਹੋਂਦ ਦੇ ਪ੍ਰਤੀਕ ਦੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਦੇ ਵਿੱਚ ਆਈ ਸੀ ਇਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਹੌਲੀ 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 ਸਿੱਖੀ ਨੂੰ ਸਿੰਖ ਕਰਾਣਾ ਸ਼ੁਰੂ ਕੀਤਾ ਹੈ Hindu ਸਮੁੰਦਰ ਦੇ ਵਿੱਚ ਉਹ ਅਸੀਂ ਦੇਖ ਹੀ ਰਹੇ ਹਾਂ ਔਰ ਇਸ ਦੀ ਜਿਹੜੀ ਉਦਾਹਰਣ ਡਿਸਕਸ ਹੋਈ ਹੈ ਕਿ ਸਾਹਮਣੇ ਕਿ ਭਾਈ ਇਹ ਐਕਟਿੰਗ ਜਥੇਦਾਰ ਕੀ ਕਰ ਰਿਹਾ ਹੈ ਕੀਰਤਨੀਏ ਕੀ ਕਰ ਰਹੇ ਨੇ ਉਸ ਤੋਂ ਪਹਿਲਾਂ ਇੱਕ ਕੀਰਤਨੀ ਜਥਾ ਜਿਹੜਾ ਦਰਬਾਰ ਸਾਹਿਬ ਤੋਂ ਨਿਕਲਿਆ ਉਹਨੇ ਬਾਹਰ ਜਾ ਕੇ ਬੜਾਵਾ ਵੇਲਾ ਕੀਤਾ ਕਿ ਜੀ ਸਾਨੂੰ ਇਹ ਸ਼ਬਦ ਗਾਉਣ ਤੋਂ ਮਨਾ ਕੀਤਾ ਹੋਇਆ ਸੀ ਵੀ ਤੁਸੀਂ ਗਾ ਨਹੀਂ ਸਕਦੇ ਕਿ ਜਿਹਦੇ ਵਿੱਚ ਜਿਹੜਾ ਉਹ ਕ੍ਰਿਸ਼ਨ ਜਾਂ ਰਾਮ ਜੀ ਦਾ ਜ਼ਿਕਰ ਹੈ ਕਿਨੇ ਕਿਰੂ ਮਨਾ ਕੀਤਾ ਲੇਕਿਨ ਅੱਜ ਹਾਲਾਤ ਇਹ ਨੇ ਔਰ ਇਹੀ ਹਾਲ ਦੂਜੇ ਪਾਸੇ ਵੀ ਅਸੀਂ ਦੇਖਦੇ ਕਿ ਜਿਹਦੇ ਤੇ ਕੋਈ ਥੋੜੀ ਬਹੁਤ ਸਖਤੀ ਕਰਦੀ ਹੈ ਸੰਗਤ ਜਾਂ ਹੁੰਦਾ ਹੈ ਉਹ ਅਦਰਵਾਈਜ਼ ਧਮਕੀਆਂ ਦੇਣ ਤੇ ਉਤਰ ਆਂਦਾ ਤੇ ਉਹ ਆਪਣੇ ਆਂ ਦੀ ਸਿਰਚੀ ਸੁਆਹ ਪਾਉਂਦਾ ਜਿਵੇਂ ਗਿਆਨੀ ਰਣਜੀਤ ਸਿੰਘ ਨੇ ਅਗਲੇ ਦਿਨ ਜਦੋਂ ਕਿ ਇਸ ਦਾ ਕ੍ਰਿਟਿਸਿਜ਼ਮ ਸ਼ੁਰੂ ਹੋਇਆ ਕਿ ਰਾਗਵ ਚੜ੍ਹਦੇ ਤੇ ਜਾ ਕੇ ਕੀ ਕੀਤਾ ਉਹਨੇ ਅਗਲੇ ਦਿਨ ਦੀ ਆਪਣੀ ਪੂਰੀ ਕਥਾ ਹੀ ਜਿਵੇਂ ਸਾਡੇ ਇੱਕ ਵੀਓ ਨੇ ਸਾਨੂੰ ਲਿਖਿਆ ਸੀ ਉਸਨੇ ਸਿੱਖਾਂ ਦੇ ਸਿਰ 'ਤੇ ਸਵਾਪਾਈ ਹੈ ਕਿ ਅਸੀਂ ਇਹ ਵੀ ਨਹੀਂ ਅਸੀਂ ਇਹ ਵੀ ਨਹੀਂ ਅਸੀਂ ਇਹ ਵੀ ਨਹੀਂ ਤੇ ਉਹ ਵੀ ਉਹੀ ਕਹਿ ਰਿਹਾ ਜੋ ਰਾਗੀ ਜੱਥਾ ਪਟਿਆਲੇ ਵਾਲਾ ਕਹਿ ਰਿਹਾ ਕਿ ਜੀ ਦੇਖੋ ਇਹ ਤਾਂ ਗੋਲਕਾਂ ਦੇ ਵਿੱਚ ਇਹਨਾਂ ਦੇ ਪੈਸੇ ਆਉਂਦੇ ਨੇ ਸੋ ਇੱਥੇ ਫਿਰ ਹੁਣ ਮੂਰਤੀ ਔਰ ਐਸਾ ਵੀ ਹੋਣ ਲੱਗ ਗਿਆ ਕੁਝ ਥਾਵਾਂ ਤੇ ਜਿੱਥੇ ਕਿ ਜਨਮ ਅਸ਼ਟਮੀ ਵੀ ਮਨਾਈ ਗਈ ਕੁਝ ਗੁਰਦੁਆਰਿਆਂ ਦੇ ਵਿੱਚ ਔਰ ਇਹ ਜਿਹੜਾ ਸਾਰਾ ਟ੍ਰੈਂਡ ਚੱਲ ਰਿਹਾ ਹੈ ਇਹ ਅਲਟੀਮੇਟਲੀ ਸਾਨੂੰ ਉਸ ਪਾਸੇ ਵੱਲ ਹੀ ਧੱਕ ਰਿਹਾ ਜੋ ਬੁੱਧ ਧਰਮ ਦਾ ਹਾਲ ਕੀਤਾ ਔਰ ਸਾਡੇ ਵੀਰ ਸਰ ਜੇਐਸ ਗਰੇਵਾਲ ਜਿਹੜੇ ਕੈਲਗਰੀ ਬੇਸਡ ਨੇ ਹਮੇਸ਼ਾ ਹੀ ਮਿਹਰਬਾਨ ਨੇ 884 ਦੇ ਨਾਲ ਉਹਨਾਂ ਨੇ ਵੀ ਉਹ ਪਿਕਚਰ ਤਾਂ ਉਦਾਸੀ ਦੀ ਹੈ ਅਸੀਂ ਵੀ ਇਹ ਦੇਖ ਰਹੇ ਹਾਂ ਕਿ ਭਾਈ ਇੱਕ ਪਾਸੇ ਇਹ ਜੜੀਆਂ ਘਟਨਾਵਾਂ ਇੱਕ ਪਾਸੇ ਇਹ ਹੋਇਆ ਪਟਿਆਲੇ ਦੇ ਵਿੱਚ ਜੋ ਦੂਖ ਨਿਵਾਰਣ ਸਾਹਿਬ ਦੀ ਘਟਨਾ ਹੋਈ ਔਰ ਤੁਸੀਂ ਦੇਖੋ ਵੀ ਪਹਿਲਾਂ ਤਾਂ ਆਇਆ ਕਿ ਜੀ ਉਹਦੀ ਆਈਡੈਂਟੀਟੀ ਨਹੀਂ ਪਤਾ ਫਿਰ ਆਇਆ ਜੀ ਆਧਾਰ ਕਾਰਡ ਮਿਲ ਗਿਆ ਪਰਵਿੰਦਰ ਕੌਰ ਹੁਣ ਉਹਦਾ ਫਲਾਣਾ ਉਹਦਾ ਪਰ ਪਤਾ ਨਹੀਂ ਹੈ ਉੱਥੋਂ ਹੁਣ ਜਿਹੜੀ ਸਟੋਰੀ ਫਾਈਨਲੀ ਦਿੱਤੀ ਗਈ ਨੇ ਇਹਦਾ ਨਾਂ ਜਿਹੜਾ ਪਹਿਲਾ ਬਲਵਿੰਦਰ ਕੌਰ ਸੀ ਫੇ ਹੁਣ ਕੁਲਵਿੰਦਰ ਕੌਰ ਹੈ ਤੇ ਫਲਾਣਾ ਤੇ ਉਹਦੇ ਪਿਓ ਨੇ ਕਿਹਾ ਜੀ ਅਸੀਂ ਤਾਂ 20 ਸਾਲ ਪਹਿਲਾਂ ਇਹਨੂੰ ਘਰੋਂ ਕੱਢਤਾ ਸੀ ਮਰਜ਼ੀ ਨਾਲ ਹੀ ਨੇ ਵਿਆਹ ਕਰਾਇਆ ਸੀ ਫਿਰ ਘਰ ਵਾਲੇ ਨੇ ਵੀ ਉਹਦੀਆਂ ਕਰਤੂਤਾਂ ਕਰਕੇ ਉਹਨੂੰ ਛੱਡਤਾ ਸੀ ਇਹ ਉਹ ਸੋ ਜਦੋਂ ਤੁਸੀਂ ਸਾਰਾ ਦੇਖੋਗੇ ਤੇ ਤੁਸੀਂ ਇੱਕ ਸਟੈਪ ਦੋ ਤਿੰਨ ਤੇ ਜਾ ਕੇ ਤੁਹਾਨੂੰ ਫੇਰ ਜਿਹੜਾ ਬਿਲਕੁਲ ਖਲਾ ਨਜ਼ਰ ਆਏਗਾ ਕਿਉਂਕਿ ਜਦੋਂ ਅਸੀਂ ਕੱਲ ਵੀ ਇਹ ਜ਼ਿਕਰ ਕੀਤਾ ਜਿਹਨੂੰ ਸਾਡੇ ਦਰਸ਼ਕਾਂ ਨੇ ਪਸੰਦ ਕੀਤਾ ਕਿ ਕਿਵੇਂ ਇਹ ਇੱਕ ਕਨਸਪੀਰੇਸੀ ਦੇ ਥੱਲੇ ਇਹ ਸਾਰਾ ਕੁਝ ਹੋ ਰਿਹਾ ਹੁਣ ਦੂਸਰਾ ਪਾਸਾ ਤੁਸੀਂ ਦੇਖੋਗੇ ਜਿਹੜੇ ਹਾਫਿਜ਼ ਨੇ ਜਿਨ੍ਹਾਂ ਨੇ ਪ੍ਰੋਟੈਕਸ਼ਨ ਦੇਣੀ ਹੈ ਜਾਂ ਜਿਨ੍ਹਾਂ ਨੇ ਇਸ ਦਾ ਇਦੀ ਜਾਂਚ ਕਰਾਈ ਜਾਏ ਹੁਣ ਅੱਜ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਸਟੇਟਮੈਂਟ ਕਿ ਜੀ ਇਹ ਬੜੀ ਡੂੰਗੀ ਸਾਜ਼ਿਸ਼ ਹੈ ਇਦੀ ਜਾਂਚ ਕਰਾਈ ਜਾਏ ਉਹ ਜਿਹੜੇ ਕਰਵਾਨਵਾਰ ਤੁਹਾਨੂੰ ਕੀ ਹੋਇਆ ਤੁਸੀਂ ਕਿਉਂ ਨਹੀਂ ਪ੍ਰਾਈਵੇਟ ਡਿਟੈਕਟਿਵ ਹਾਇਰ ਕਰ ਸਕਦੇ ਭਾਈ ਤੁਸੀਂ ਆਪਣੀ ਜਾਂਚ ਟੀਮ ਪਰ ਕਿਉਂਕਿ ਅਲਟੀਮੇਟਲੀ ਉਹੀ ਹੈ ਕਿ ਬਾਦਲਾਈਟ ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਬਾਦੋਦਿਲ ਲਫਾਫੇ ਚੋਂ ਨਿਕਲਿਆ ਹੋਇਆ ਐਕਟਿੰਗ ਜਥੇਦਾਰ ਵੀ ਉਹਦੇ ਚੋਂ ਨਿਕਲਿਆ ਹੋਇਆ ਤੇ ਅਲਟੀਮੇਟਲੀ ਖੇਡ ਸਾਰੀ ਉਹਨਾਂ ਦੀ ਖੇਡ ਰਹੀ ਨੇ ਰਲ ਮਿਲ ਕੇ ਹੁਣ ਜਿਹੜਾ ਜੀਐਸ ਗਰੇਵਾਲ ਜੀ ਨੇ ਵੀ ਔਰ ਅਸੀਂ ਵੀ ਇਸ ਵਿਚਾਰ ਦੇ ਉੱਤੇ ਕਿ ਭਾਈ ਜੋ ਇਹ ਤਾਂ ਸਾਡੀ ਅਜੋਕੀ ਦਸ਼ਾ ਹੈ ਕਿ ਸਾਡੀਆਂ ਇੰਸਟੀਚਿਊਸ਼ਨਸ ਜੜੀਆਂ ਨੇ ਕਿਵੇਂ ਹਾਈਜੈਕ ਹੋ ਚੁੱਕੀਆਂ ਨੇ ਉਹਨਾਂ ਦੇ ਵਿੱਚ ਟੋਟਲ ਇਨਫਿਲਟ੍ਰੇਸ਼ਨ ਹੈ ਕਿਵੇਂ ਜਿਹੜਾ ਖਾਲਸਾ ਸਾਜਨਾ ਦੇ ਜਿਹੜਾ 300 ਸਾਲਾ ਦੇ ਮੌਕੇ ਦੇ ਉੱਤੇ ਵੀ ਤੇ 550ਵੇਂ ਗੁਰੂ ਨਾਨਕ ਸਾਹਿਬ ਪ੍ਰਕਾਸ਼ ਪੁਰਬ ਦੀ ਵਰੇਗੰਢ ਦੇ ਉੱਤੇ ਵੀ ਈਵਨ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਛਾਪੀਆਂ ਕਿਤਾਬਾਂ ਨੇ ਉਹ 나ਗਪੁਰ ਵਾਲਾ ਵਰਜਨ ਹੈ ਜਿਹੜਾ ਉਹ ਉਸ ਨੂੰ ਪ੍ਰਚਾਰ ਰਹੇ ਨੇ ਕਿਵੇਂ ਗੁਰੂ ਸਾਹਿਬਾਨ ਦੀ ਹੀਠੀ ਕਰ ਰਹੇ ਨੇ ਸੋ ਇਸ ਸਾਰੇ ਦੇ ਚੱਲਦੇ ਆ ਪਹਿਲੇ ਤਾਂ ਇਹ ਸਾਡੀ ਦਸ਼ਾ ਹੈ ਕਿ ਸੰਸਥਾ ਅਕਾਲ ਤਖਤ ਸ਼੍ਰੋਮਣੀ ਕਮੇਟੀ ਓਵਰ ਆਲ ਪੋਲੀਟੀਕਲ ਕਨਫਿਊਜ਼ਨ ਜੇਪਾਈ ਅਮਰਤਪਾਲ ਸਿੰਘ ਜਾਂ ਉਸ ਤੋਂ ਪਹਿਲਾਂ ਦੀਪ ਸਿੱਧੂ ਜਾ ਉਸ ਚ ਕੋਈ ਅਵੇਅਰਨੈਸ ਨਿਕਲਣ ਦੀ ਦੀ ਆਸ ਵੱਜਦੀ ਹੈ ਤੇ ਉਹਨਾਂ ਨੂੰ 2900 ਕਿਲੋਮੀਟਰ ਦੂਰ ਭੇਜ ਦਿੰਦੇ ਨੇ ਹੁਣ ਦਸ਼ਾ ਜੇ ਇਹ ਹੈ ਤੇ ਫਿਰ ਹੁੰਦਾ ਵੀ ਦਿਸ਼ਾ ਕੀ ਹੈ ਦਿਸ਼ਾ ਕੀ ਹੈ ਇਹ ਚੋਸੀ ਕਿਵੇਂ ਨਿਕਲ ਸਕਦਾ ਹੈ ਕੀ ਇਹਦੇ ਚ ਅਸੀਂ ਸਾਡੇ ਲਈ ਕੀ ਕਰਨਾ ਬਣਦਾ ਹੈ ਸ਼ਾਰਟ ਟਰਮ ਕੀ ਹੈ ਲੌਂਗ ਟਰਮ ਕੀ ਹੈ ਕਿ ਸਿਚੁਏਸ਼ਨ ਬਿਲਕੁਲ ਹੀ ਹੋਪਲੈਸ ਹੈ ਹੁਣ ਅੱਜ ਹੀ ਸਾਡੇ ਵੀਰ ਬਲਵਿੰਦਰ ਸਿੰਘ ਛੱਟਾ ਉਹਨਾਂ ਦੀ ਕਾਲ ਵੀ ਆਈ ਉਹ ਵੀ ਜੰਤਤ ਸੀ ਕਹਿੰਦੇ ਕੱਲ ਤੁਹਾਡੇ ਪ੍ਰੋਗਰਾਮ ਵੀ ਸੁਣਿਆ ਜੋ ਅਸੀਂ ਦੇਖ ਰਹੇ ਹਾਂ ਲੋਕਲ ਦੇ ਵਿੱਚ ਵੀ ਕਈ ਘਟਰਾਵਾਂ ਜਦੋਂ ਤੁਸੀਂ ਦੇਖਦੇ ਹੋ ਕਿ ਕਿਵੇਂ ਮਰਿਆਦਾ ਤਾਂ ਦੂਰ ਦੀ ਗੱਲ ਈਵਨ ਜਿਹੜੀਆਂ اخلاقی ਕਦਰਾਂ ਕੀਮਤਾਂ ਨੇ ਸਿੱਖੀਆਂ ਉਹਨਾਂ ਦੀਆਂ ਵੀ ਗੁਰਦੁਆਰੇ ਦੀ ਹਦੂਦ ਦੇ ਅੰਦਰ ਜਿਹੜੀਆਂ ਉਹ ਧਜੀਆਂ ਉਡਾਈਆਂ ਜਾਂਦੀਆਂ ਨੇ ਤੇ ਮੈਂ ਉਹਨਾਂ ਨੂੰ ਕਿਹਾ ਜੀ ਦੇਖੋ ਕਈ ਵਾਰ ਇਹ ਹੁੰਦਾ ਹੈ ਵੀ ਟੋਟਲ ਡਿਸਟਰਕਸ਼ਨ ਤੋਂ ਪਹਿਲਾਂ ਜੋ ਨਵੀਂ ਉਸਾਰੀ ਤੋਂ ਪਹਿਲਾਂ ਕਈ ਵਾਰ ਟੋਟਲ ਡਿਸਟਰਕਸ਼ਨ ਜ਼ਰੂਰੀ ਵੀ ਹੁੰਦੀ ਹੈ ਮੈਂ ਕਹੇ ਜਿਹੜੀ ਡੀ ਜਨਰੇਸ਼ਨ ਜਸ ਪੋਸੀਬਲ ਲਾ ਜਾ ਰਹੀ ਹੈ ਇਹਦੇ ਚੋ ਹੀ ਸਾਡੀ ਖੋਪ ਵੀ ਨਿਕਲਣੀ ਹੈ ਅਲਟੀਮੇਟਲੀ ਕਿ ਇਹ ਸਾਰਾ ਸਟਰਕਚਰ ਹੀ ਨਵੇਂ ਸਿਰਿਓਂ ਬਿਲਟ ਹੋਣਾ ਹੈ ਸੋ ਜਦੋਂ ਤੱਕ ਸਾਡਾ ਮਾੜਾ ਮੋਟਾ ਵੀ ਵਿਸ਼ਵਾਸ ਹੈ ਕਿਸੇ ਸੰਸਥਾ ਤੇ ਜਦੋਂ ਜੇ ਕੋਈ ਧੋਖ ਬਿਆਨ ਚੰਗੇ ਦੇ ਦਿੰਦਾ ਹੈ ਅਸੀਂ ਉਹਦੇ ਵੱਲ ਤੁਰ ਪੈਂਦੇ ਹਾਂ ਜੀ ਸ਼ਾਇਦ ਇਹ ਕੁਝ ਚੰਗਾ ਕਰ ਦੇ ਸੋ ਮੈਂ ਕਹਾਂ ਵੀ ਪਹਿਲਾਂ ਤਾਂ ਸਾਨੂੰ ਇਹ ਮੰਨ ਕੇ ਤੁਰਨਾ ਚਾਹੀਦਾ ਹੈ ਵੀ ਇਹ ਸਾਰਾ ਜਿਹੜਾ ਇਹ ਨਕਾਰਿਆ ਜਾਣ ਵਾਲਾ ਜੇ ਦੂਸਰਾ ਜੇ ਸ਼ਾਰਟ ਟਰਮ ਦੇ ਵਿੱਚ ਤਬਦੀਲੀ ਤਾਂ ਹੋਏਗੀ ਉਹ ਤਾਂ ਜੋ ਬਦਲ ਰਹੇ ਹਾਲਾਤ ਨੇ ਕੌਮ ਦੇ ਵਿੱਚ ਇਸ ਕਿਸਮ ਦਾ ਜਜ਼ਬਾ ਕਿਸੇ ਵੇੜੇ ਵੀ ਜਿਹੜਾ ਉਹ ਤੂਫਾਨ ਬਣ ਜਾਂਦਾ ਭਾਈ ਅਮਰਪਾਲ ਸਿੰਘ ਹੋਰਾਂ ਦਾ ਵੀ ਜਿਹੜਾ 6-7 ਮਹੀਨੇ ਦਾ ਉਹਨਾਂ ਦਾ ਕੰਮ ਹੈ ਉਹ ਆਪਣੇ ਆਪ ਹੀ ਦੱਸਦਾ ਹੈ ਕਿ ਪੰਜਾਬ ਦੀ ਧਰਤੀ ਹਮੇਸ਼ਾ ਹੀ ਗੁਰੂ ਸਾਹਿਬਾਨ ਦੀ ਇਹਨ ਇੱਕ ਕਮਾਈ ਹੈ ਉੱਥੇ ਹੋਣਾ ਹੈ ਲੇਕਿਨ ਲੌਂਗ ਟਰਮ ਹੋਰੇ ਮੇਰਾ ਅੱਜਕੱਲ ਬਹੁਤ ਸਾਰੀਆਂ ਪ੍ਰੈਜੈਂਟੇਸ਼ਨਸ ਦੇ ਵਿੱਚ ਵੀ ਇਹ ਹੁੰਦਾ ਹੈ ਕਿ ਜਦੋਂ ਸੰਸਥਾਵਾਂ ਡਿਸਟਰਕਸ਼ਨ ਵਾਲ ਨੇ ਓਵਰਆਲ 네ਗੇਸ਼ਨ ਹੈ ਫਿਰ ਤੁਹਾਡੀ ਬੇਸਿਕ ਯੂਨਿਟ ਤੁਹਾਡਾ ਘਰ ਹੈ ਹਮ ਆਪਣੇ ਪਰਿਵਾਰ ਨੇ ਸਾਡੇ ਬੱਚੇ ਬੱਚੀਆਂ ਜਨਾ ਘਰਾਂ ਦੇ ਵਿੱਚ ਗੁਰਸਿੱਖੀ ਜੀਵਨ ਹੈ ਪੀਰੈਂਟਸ ਨੂੰ ਜਿਹੜਾ ਇਸ ਪਾਸੇ ਵੱਲ ਪਹਿਲਾਂ ਉਹਨਾਂ ਦਾ ਆਪਣਾ ਰੁਝਾਨ ਹੋਣਾ ਜ਼ਰੂਰੀ ਹੈ ਹਮ ਕਿਰਤ ਕਮਾਈ ਦੀ ਦੇ ਉੱਤੇ ਜਿਹੜਾ ਸਾਡਾ ਉਹ ਭਰੋਸਾ ਰਹਿਣਾ ਚਾਹੀਦਾ ਤੇ ਆਪਣੇ ਬੱਚੇ ਬੱਚੀਆਂ ਨੂੰ ਜਿੱਥੇ ਅਸੀਂ ਸਿੱਖੀ ਵੈਲਿਊਜ਼ ਨਾਲ ਗੁਰਬਾਣੀ ਕੀਰਤਨ ਜਾਂ ਗੁਰਮਤ ਸਖੂਲ ਜਾਂ ਦੂਸਰੇ ਰਾਈ ਜੋੜਦੇ ਆ ਉਹਦੇ ਵਿੱਚ ਉਹਨਾਂ ਨੂੰ ਆਪਣੀ ਹਿਸਟਰੀ ਦਾ ਪ੍ਰਾਈਡ ਦੇਣਾ ਇਤਿਹਾਸ ਦਾ ਪ੍ਰਾਈਡ ਦੇਣਾ ਔਰ ਅਸੀਂ ਵੀ ਸਾਡੇ ਵੀ ਇਹ ਕੋਸ਼ਿਸ਼ ਹੁੰਦੀ ਹੈ ਬਿਸ਼ੱਕ ਜੇ ਅਸੀਂ ਆਪਣੀ ਕੌਮ ਦਾ ਓਵਰਆਲ ਹਾਲ ਦੇਖੀਏ ਹੁਣ ਕੱਲ ਅਸੀਂ ਇੱਕ ਸੈਗਮੈਂਟ ਪਾਈ ਮਹਾਰਾਜ ਸਿੰਘ ਹਰਾਂ ਦੇ ਉੱਤੇ ਕੀਤਾ ਜਿਹਨੂੰ ਕੁਝ ਜਿਹੜੇ ਸਮਝਦੇ ਨੇ ਹਿਸਟਰੀ ਔਰੀਐਂਟਡ ਨੇ ਲੇਕਨ ਜੇ ਤੁਸੀਂ ਵਿਊਰਸ਼ਿਪ ਦੇਖੋ ਤੇ ਉਹ ਇਕਦਮ ਥੱਲੇ ਚਲੀ ਜਾਂਦੀ ਹੈ ਕਿਉਂਕਿ ਬਹੁਤਿਆਂ ਨੂੰ ਕਰੰਟ ਛਟਪਟੀਆਂ ਘਟਰਾਵਾਂ ਦੇ ਉੱਤੇ ਹੀ ਜਿਹੜਾ ਉਹਨਾਂ ਨੂੰ ਉਸੇ ਹੀ ਸਵਾਦ ਆਉਂਦਾ ਹੈ ਪਰ ਅਸੀਂ ਇਹ ਕੋਸ਼ਿਸ਼ ਵੀ ਜਾਰੀ ਰੱਖਾਂਗੇ ਕਿ ਆਪਣੇ ਵਿਊਰਸ ਲਈ ਵੀ ਔਰ ਹਾਲਾਂਕਿ ਸਾਡੇ ਵੀਰ ਨੇ ਕਿਹਾ ਸੀ ਕਿ ਇਸ ਕਿਸਮ ਦੀਆਂ ਵੀਡੀਓਜ਼ ਲਗਾਤਾਰ ਹੋਣੀਆਂ ਚਾਹੀਦੀਆਂ ਕਿਉਂਕਿ ਇਹ ਸਾਡੇ ਇਨੇ ਵੱਡੇ ਜਿਹੜੇ ਆਈਕਨ ਨੇ ਜਿਨ੍ਹਾਂ ਨੂੰ ਦੁਸ਼ਮਣ ਨੇ ਤਾਂ ਪੁਲਾਇਆ ਹੀ ਪੁਲਾਇਆ ਅਸੀਂ ਵੀ ਪੁਲਾਇਆ ਸੋ ਸਾਡੀ ਇਹ ਆਪਣੇ ਲੈਵਲ ਦੇ ਉੱਤੇ ਵੀ ਅਸੀਂ ਕਰਦੇ ਆਂ ਪਰ ਅਸੀਂ ਇਹ ਸਮਝਦੇ ਆਂ ਵੀ ਘਰਾਂ ਦੇ ਵਿੱਚ ਆਪਣੇ ਬੱਚੇ ਬੱਚੀਆਂ ਨੂੰ ਆਪਣੇ ਬੀਤੇ ਦੇ ਇਤਿਹਾਸ ਦਾ ਪ੍ਰਾਈਡ ਵੀ ਦੇਣਾ ਜੀ ਔਰ ਜੋ ਪਿਛਲੇ 75 ਸਾਲਾਂ ਚ ਭਾਰਤ ਦੇ ਨਕਸ਼ੇ ਦੇ ਵਿੱਚ ਇਹ ਠੀਕ ਹੈ ਅਮਰੀਕਾ ਕੈਨੇਡਾ ਆਸਟ੍ਰੇਲੀਆ ਯੂਕੇ ਜਾਂ ਯੂਰਪ ਦੀਆਂ ਬਾਕੀ ਥਾਵਾਂ ਤੇ ਬੈਠੇ ਬੱਚੇ ਬੱਚੀਆਂ ਸਾਡੇ ਉਹਨਾਂ ਚੋਂ ਉਹ ਐਵਰੀ ਇੰਚ ਵੈਸਟਰਨ ਨੇ ਉਹਨਾਂ ਦਾ ਲਾਈਫ ਸਟਾਈਲ ਜਾਂ ਲੇਕਨ ਇਮਾਨਦਾਰ ਨੇ ਜੇ ਤੁਸੀਂ ਹੁਣ ਔਰ ਜਦੋਂ ਅੱਜ ਦੁਨੀਆ ਚ ਅਮਰੀਕਾ ਚ 2-300 ethnicities ਨੇ ਆਰਡਰ ਉਹਦੇ ਚ ਸਿੱਖਾਂ ਨੇ ਆਪਣੀ ਪਛਾਣ ਬਣਾਈ ਹੈ ਤੇ ਜਦੋਂ ਉਹਨਾਂ ਨੂੰ ਦਸਤਾਰ ਦੇ ਨਾਲ ਸਿੱਖੀ ਦੇ ਨਾਲ ਆਪਣੀ ਪਛਾਣ ਦੇ ਨਾਲ ਉਹ ਬਾਕੀਆਂ ਦੇ ਨਾਲ ਇੰਟਰੈਕਟ ਕਰਦੇ ਨੇ ਤੇ ਜਿੱਥੇ ਇਤਿਹਾਸ ਦਾ ਪ੍ਰਾਈਡ ਉਹਨਾਂ ਨੂੰ ਇਸ ਸੋਸਾਇਟੀ 'ਚ ਵੀ ਇੱਕ ਨਵੇਕਲਾ ਕੈਰੈਕਟਰ ਦੰਦਾ ਹੈ ਉੱਥੇ ਨਾਲ ਦੀ ਨਾਲ ਉਹਨਾਂ ਨੂੰ ਆਪਣੇ ਆਪ ਨੂੰ ਵੀ ਲੱਗੇਗਾ ਜਦੋਂ ਤੁਸੀਂ ਆਪਣੇ ਇਤਿਹਾਸ ਉਹ ਤਾਂ ਪੰਜਾਬ ਦੀ ਧਰਤੀ ਤੇ ਹੀ ਸਿਰਜਿਆ ਗਿਆ ਅਮਰੀਕਾ ਇੰਗਲੈਂਡ 'ਚ ਅਸੀਂ 2-2 ਮਿਲੀਅਨ ਦੇ ਘਰ ਦੂਜੇ ਲੈ ਸਕਦੇ ਹਾਂ ਬੜਿਆ ਹੋਰ ਚੰਗਾ ਲਾਈਫ ਸਟਾਈਲ ਵਧੀਆ ਗੱਡੀ ਲੈ ਸਕਦੇ ਹਾਂ ਲੇਕਿਨ ਉਹ ਜਿਹੜਾ ਇਤਿਹਾਸਕਤਾ ਦੇ ਨਾਲ ਜੁੜਿਆ ਹੋਇਆ ਉਹ ਮਿੱਟੀ ਜਿਹਦੇ ਇੱਕ ਇੱਕ ਜ਼ਰਰੇ ਦੇ ਵਿੱਚ ਸ਼ਹੀਦਾਂ ਦਾ ਖੂਨ ਡੁੱਲਿਆ ਹੋਇਆ ਹੈ ਜਿੱਥੇ ਗੁਰੂ ਸਾਹਿਬਾਨ ਦੀ ਚਰਨ ਛੋਹ ਹੈ ਸੋ ਇੱਕ ਪਾਰ ਜਿਹੜੇ ਪੇਰੈਂਟਸ ਅਫੋਰਡ ਕਰ ਸਕਦੇ ਨੇ ਘੱਟੋ ਘੱਟ ਸਵਾਲ ਚ ਪਾਵੇਂ ਤੁਸੀਂ 2 ਹਫ਼ਤੇ ਲਈ ਜਾਓ 3 ਹਫ਼ਤੇ ਲਈ ਜਾਓ ਆਪਣੇ ਬੱਚੇ ਬੱਚੀਆਂ ਨੂੰ ਪੰਜਾਬ ਦੀ ਧਰਤੀ ਤੇ ਲਿਜਾ ਕੇ ਉਹਨਾਂ ਨੂੰ ਇਤਿਹਾਸਕ ਸੋਮਿਆਂ ਦੇ ਨਾਲ ਜੋੜੋ ਉਹਨਾਂ ਨੂੰ ਜਿਹੜਾ ਔਰ ਇਹ ਦੋਵੇਂ ਪੰਜਾਬਾਂ ਦੇ ਵਿੱਚ ਸਾਡਾ ਬਹੁਤ ਸਾਰਾ ਵਿਰਸਾ ਹੈ ਜਿਹੜਾ ਉਹ ਲਹਿੰਦੇ ਪੰਜਾਬ ਦੇ ਵਿੱਚ ਹੈ ਇਤਿਹਾਸਿਕ ਗੁਰਦੁਆਰੇ ਵੀ ਔਰ ਅਦਰਵਾਈਜ਼ ਵੀ ਔਰ ਇਹ ਸਾਰੇ ਨੂੰ ਜਿਹੜਾ ਉਹਨਾਂ ਦੇ ਵਿੱਚ ਪ੍ਰਾਈਡ ਦਿਓ ਜਿਵੇਂ ਅਕਸਰ ਅਸੀਂ ਜਦੋਂ ਇਜ਼ਰਾਈਲ ਦੇ حوالے ਨਾਲ ਗੱਲ ਕਰਦੇ ਹਾਂ ਹਾਲਾਂ ਉਹਦਾ ਮਤਲਬ ਇਹ ਨਹੀਂ ਹੁੰਦਾ ਵੀ ਜੋ ਕਰਤੂਤਾਂ ਕਰ ਰਹੇ ਨੇ ਫلسطੀਨੀਆਂ ਤੇ ਅਸੀਂ ਉਹਨੂੰ ਐਂਡੋਰਸ ਕਰਦੇ ਪਰ ਇੱਕ ਪ੍ਰੈਸੀਡੈਂਟ ਹੈ ਕਿਉਂਕਿ ਉਹਨਾਂ ਨੇ ਆਪਣੀ ਜ਼ਬਾਨ ਹਿਬਰੀਓ ਮਰਨ ਨਹੀਂ ਦਿੱਤੀ ਆਪਣਾ ਜੋ ਵੀ ਸਾਡੇ ਨਾਲੋਂ ਅੱਧੇ ਉਹਨਾਂ ਦੀ ਆਬਾਦੀ ਹੈ ਅੱਧੀ ਤੋਂ ਵੀ ਘੱਟ ਹੈ ਅਸੀਂ 35 ਮਿਲੀਅਨ ਹੈ ਉਹ 14 ਮਿਲੀਅਨ ਤੋਂ ਜ਼ਿਆਦਾ ਨਹੀਂ ਹੈ ਹਾਲਾਂ 15 ਮਿਲੀਅਨ ਕਹਿੰਦੇ ਨੇ ਸੋ ਇੱਕ ਤਾਂ ਇਹ ਪਾਰਟ ਬੜਾ ਜ਼ਰੂਰੀ ਹੈ ਸੈਕੰਡਲੀ ਮੈਂ ਸਮਝਦਾ ਵੀ ਸਾਨੂੰ ਆਪਣੇ ਕਿਉਂਕਿ ਅੱਜ ਲੜਾਈ ਨੈਰੇਟਿਵ ਦੀ ਹੈ ਉਹ ਜੇ ਡੀਮੋਰੀਲਾਈਜ਼ ਵੀ ਸਾਨੂੰ ਕਰ ਰਹੇ ਨੇ ਕਿਉਂਕਿ ਉਹ ਕਈ ਮਾਮਲਿਆਂ 'ਚ ਸਾਡੇ ਤੋਂ ਦੋ ਕਦਮ ਅੱਗੇ ਚੱਲਦੇ ਨੇ ਜਿਵੇਂ ਭਾਈ ਅਮਰਿਤਪਾਲ ਸਿੰਘ ਦੇ ਮਾਮਲੇ 'ਚ ਵੀ ਅਸੀਂ ਦੇਖਿਆ ਕਿ ਅਸੀਂ ਇਹ ਸਮਝਦੇ ਸੀ ਜਾਂ ਉੱਥੇ ਬੈਠੇ ਸਮਝਦੇ ਸੀ ਕਿ ਬਹੁਤ ਚੜ੍ਹਾ ਆ ਗਿਆ ਹੈ ਲੇਕਿਨ ਉਹਨਾਂ ਨੇ ਵਿਦਨ ਟੂ ਆਵਰਸ ਜਿਹੜਾ ਉਹ ਸਾਰੀ ਖੇਡ ਖਤਮ ਕਰ ਦਿੱਤੀ ਕਿਉਂਕਿ ਅਥਾਰਟੀ ਹੈ ਉਹਨਾਂ ਦੇ ਕੋਲ ਇਨਵੈਸਟੀਗੇਟਿਵ ਏਜੰਸੀਜ਼ ਦੇ ਨਾਂ ਥੱਲੇ ਦੂਜਾ ਔਰ ਉੱਤੋਂ ਥੱਲੇ ਤੱਕ ਜਿਹੜੇ ਸਾਰੇ ਸਿਕਦਾਰ ਨੇ ਉਹ ਉਹਨਾਂ ਦੇ ਖਰੀਦੇ ਹੋਏ ਲੋਕ ਨੇ ਸੋ ਮੈਂ ਸਮਝਦਾ ਹਾਂ ਵੀ ਉਹਦੇ ਲਈ ਸਾਨੂੰ ਆਪਣਾ ਨੈਰੇਟਿਵ ਸਟਰੋਂਗ ਕਰਨ ਦੇ ਲਈ ਆਪਣਾ ਮੀਡੀਆ ਬਹੁਤ ਇੰਪੋਰਟੈਂਟ ਹੈ ਪ੍ਰਿੰਟ মিডিਆ ਵੀ ਇੰਗਲਿਸ਼ মিডিਆ ਵੀ ਜ਼ਾਹਰ ਹੈ ਡਿਜੀਟਲ মিডিਆ ਵੀ ਸੋਸ਼ਲ ਮੀਡੀਆ ਦਾ ਤਾਂ ਕੋਈ ਬਥਾ ਕੰਟਰੋਲ ਨਹੀਂ ਹੁੰਦਾ ਔਰ ਇਲੈਕਟ੍ਰੋਨਿਕ ਮੀਡੀਆ ਵੀ ਔਰ ਥਰਡਲੀ ਔਰ ਮੈਂ ਸਮਝਦਾ ਸਭ ਤੋਂ ਇੰਪੋਰਟੈਂਟ ਹੈ ਕਿ ਆਪਸ ਦੇ ਵਿੱਚ ਕੋਈ ਜ਼ਰੂਰੀ ਨਹੀਂ ਕਿ ਵੱਡਿਆਂ ਦੀਵਾਨਾ ਚ ਜਾ ਕੇ ਜਿੱਥੇ 5-7 ਲੱਖ ਲੋਕ ਹੋਣ ਉਹ ਤਾਂ ਸਾਲ ਚ ਇੱਕ ਦੀ ਵਾਰੀ ਤੁਹਾਡੀ ਐਗਜ਼ੀਬਿਸ਼ਨ ਆਫ ਸਟਰੈਂਥ ਐਂਡ ਸੋਲੀਡੈਰਿਟੀ ਵਿਦ ਦਾ ਕੌਜ਼ ਉਹ ਜ਼ਰੂਰੀ ਹੁੰਦਾ ਹੈ ਪਰ ਅਸੀਂ ਆਪਣੇ ਸਮਾਲ ਸਰਕਲਸ ਦੇ ਵਿੱਚ ਵੀ ਜਿਨ੍ਹਾਂ ਮੁਹੱਲਿਆਂ ਚ ਐ ਜਿਨ੍ਹਾਂ ਸ਼ਹਿਰਾਂ ਚ ਐ ਕਸਬਿਆਂ ਚ ਐ ਆਪਸ ਦੇ ਵਿੱਚ ਲਾਈਕ ਮਾਈਂਡਡ ਬੈਠੀਏ ਡਿਸਕਸ ਕਰੀਏ ਭਾਵੇਂ ਕਰਾਂ ਦੀਆਂ ਤੁਸੀਂ ਬੇਸਮੈਂਟਸ ਦੇ ਵਿੱਚ ਜਿਹੜਾ 10 ਭਾਵੇਂ ਓਵਰ ਇੱਕ ਆਫ ਟੀ ਨਹੀਂ ਜਾਂ ਆਪਸ ਤੁਸੀਂ ਬੈਠੇ ਹੋ ਪਾਠ ਤੁਸੀਂ ਕੀਤਾ ਸੁਖਬਣੀ ਸਾਹਿਬ ਕੀਤਾ ਜਾਂ ਜਪਜੀ ਸਾਹਿਬ ਕੀਤਾ ਵਿਚਾਰ ਚਰਚਾ ਕਿਉਂਕਿ ਮੈਂ ਦੇਖਦਾ ਦੂਸਰੀਆਂ ਕੌਮਾਂ ਦੇ ਇਤਿਹਾਸ ਚੋਂ ਵੀ ਕਿ ਅਲਟੀਮੇਟਲੀ ਉਹਦੇ ਚੋਂ ਹੀ ਤੁਹਾਡੀ ਸਟਰੈਂਥ ਨਿਕਲਦੀ ਹੈ ਔਰ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਸਾਡੇ ਪਿੰਡ ਮਹੱਲੇ ਸ਼ਹਿਰ ਕਸਬੇ ਨੇ ਉਹਨਾਂ ਦੇ ਵਿੱਚ ਜਿਹੜਾ ਚੰਗਾ ਕੰਮ ਕਰਨ ਵਾਲੇ ਨੇ ਜਿਹੜੇ ਬ੍ਰਿਲੀਅੰਟ ਤੁਹਾਡੇ ਆਪਣੇ ਭਾਵੇਂ ਪਾਈਚਾਰੇ ਚੋਂ ਆਪਣੀਆਂ ਰਿਸ਼ਤੇਦਾਰੀਆਂ ਚੋਂ ਆਪਣੇ ਪਿੰਡ ਚੋਂ ਜਿਹੜੇ ਬੱਚੇ ਤੁਹਾਨੂੰ ਲੱਗਦਾ ਵੀ ਪੜਨ ਵਾਲੇ ਨੇ ਦੂਜੇ ਨੇ ਉਹਨਾਂ ਦੀ ਫਾਈਨੈਂਸ਼ੀਅਲ ਹੈਲਪ ਕਰੋ ਰਿਸਰਚ ਦੇ ਫੀਲਡ ਚ ਉਹਨਾਂ ਨੂੰ ਆਣ ਦਿਓ ਉਹਨਾਂ ਚ ਕੋਈ ਬਾਹਰ ਹਾਇਰ এডਿਕੇਸ਼ਨ ਲਈ ਆਕਸਫੋਰਡ ਕੈਂਬਰੇਜ ਹਾਰਵਰਡ ਰੋਡ ਸਕਾਲਰ ਬਣਦਾ ਹੈ ਉਹਨਾਂ ਨੂੰ ਇੱਕ ਇੱਕ ਨੂੰ ਤਿਆਰ ਕਰੋ ਤਾਂ ਕਿ ਅਸੀਂ ਦੁਨੀਆ ਦੇ ਹਰ ਕੰਪੀਟੀਟਿਵ ਫੀਲਡ ਦੇ ਵਿੱਚ ਅੱਗੇ ਵਧੀਏ ਔਰ ਇੱਥੇ ਵੀ ਆਪਣੇ ਬੱਚੇ ਬੱਚੀਆਂ ਨੂੰ ਕੱਲਾ ਡਾਕਟਰ ਇੰਜੀਨੀਅਰ ਤੱਕ ਨਹੀਂ ਲਾਅ ਇੱਕ ਐਸਾ profession ਹੈ ਜਿਹਦੇ ਥੱਲੇ ਤੁਹਾਡੇ ਕੋਲ ਆਪਣੇ ਕੌਜ਼ ਦੀ ਗੱਲ ਕਰਨ ਦੀ ਐਬਿਲਿਟੀ ਵੀ ਆਉਂਦੀ ਹੈ ਫਿਰ ਜਰਨਲਿਜ਼ਮ ਹੈ ਪੋਲੀਟੀਕਲ ਸਾਇੰਸ ਹੈ ਆਰਟ ਹੈ ਇਹ ਪੋਇਟਰੀ ਹੈ ਉਸ ਲੈਵਲ ਦੇ ਉੱਤੇ ਜਿੱਥੇ ਕਿ ਤੁਸੀਂ ਆਪਣੀ ਗੱਲ ਨੂੰ ਅੱਗੇ ਤੋਰ ਸਕਦੇ ਹੋ ਔਰ ਅਸੀਂ ਦੇਖਦੇ ਹੁਣ ਜਗਮੀਤ ਸਿੰਘ ਯੂਕੇ ਦੇ ਵਿੱਚ ਜਾਂ ਜਗਮੀਤ ਸਿੰਘ ਕੈਨੇਡਾ ਦੇ ਵਿੱਚ ਆ ਭੈਣ ਜੀ ਬੀਬੀ ਪ੍ਰੀਤਕੌਰ ਗੇਲ ਔਰ ਤਨਮਨਜੀਤ ਸਿੰਘ ਟੇਸੀ ਯੂਕੇ ਪੋਲੀਟੀਕਲ ਰੀਨ ਦਾ ਵਿੱਚ ਇਸ ਜਨਰੇਸ਼ਨ ਜੋ ਆਏ ਨੇ ਜਿਨ੍ਹਾਂ ਨੇ ਜਿਨ੍ਹਾਂ ਦੇ ਪੇਰੈਂਟਸ ਭਰਾਵਾਂ ਪੈਣਾ ਨੇ ਉਸ ਸਾਰੇ ਤਾਸ਼ਾਦ ਦੇ ਦੌਰ ਨੂੰ ਦੇਖਿਆ ਉਸ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ ਸੋ ਮੇਰੇ ਸਾਹਮਣੇ ਤਾਂ ਮੈਨੂੰ ਇਹੀ ਨਜ਼ਰ ਆਉਂਦਾ ਬਾਕੀ ਇਹ ਵੀ ਜਿਹੜਾ ਅਬਵ ਆਲ ਇਸਾਰੇ ਤੋਂ ਉਹ ਹੈ ਗੁਰੂ ਚਰਨਾ ਚਰਦਾਸ ਅਲਟੀਮੇਟਲੀ ਪੰਥ ਗੁਰੂ ਦਾ ਹੈ ਔਰ ਸਾਨੂੰ ਕਦੇ ਵੀ ਇਹ ਠੀਕ ਹੈ ਕਿ ਭਾਈ ਸਿਰ ਜੋੜ ਕੇ ਬਹਿ ਕੇ ਵਿਚਾਰ ਜ਼ਰੂਰੀ ਹੈ ਕਿ ਸੁਦਮ ਤੇ ਰਾਜ ਮਿਲੈ ਸ਼ਤਰੂ ਤੇ ਸਭ ਹੋਵੇ ਮੀਤਾ ਪਰ ਨਿਰਾਸਤਾ ਜਾਂ ਇਹ ਵਿਚਾਰ ਕੇ ਜੀ ਕੁਝ ਵੀ ਨਹੀਂ ਹੋਣਾ ਇੱਥੇ ਇਵੇਂ ਹੀ ਚੱਲਦੇ ਰਹਿਣਾ ਉਹ ਰਹਿਣਗੇ ਲੋਕ ਇਸ ਕਿਸਮ ਦੇ ਵੀ ਉਹਨਾਂ ਨੂੰ ਹਰ ਹਾਲਤ ਉਹਨਾਂ ਨੂੰ ਲੱਗਦਾ ਸੀ ਵੀ ਅੰਗਰੇਜ਼ ਨੂੰ ਕੌਣ ਕੱਢ ਸਕਦਾ ਹੈ ਇੰਨਾ ਅੰਗਰੇਜ਼ ਦੁਨੀਆ ਭਰ ਚ ਉਹਨਾਂ ਦਾ ਜਿਹੜੇ ਉਸ ਵੇਲੇ ਚੈਲੰਜ ਕਰਦੇ ਸੀ ਉਹਨਾਂ ਨੂੰ ਲੱਗਦਾ ਸੀ ਕਿ ਵੀ ਇਹ ਐਵੇਂ ਮੂਰਖ ਜਿਹੜੇ ਨੇ ਤੁਸੀਂ ਆਪਣੇ ਮਰਬੇ ਲੋ ਆਦੇ ਲੋ ਮौज ਕਰੋ ਉਸ ਤੋਂ ਪਹਿਲਾਂ ਇਹੀ ਮੁਗਲਿਆ ਦੌਰ ਦੇ ਵਿੱਚ ਵੀ ਸੀ ਇੰਨੀ ਪਾਵਰਫੁਲ ਸਲਤਨਤ ਜਿਸ ਦਾ ਉਸ ਜ਼ਮਾਨੇ 'ਚ ਮੈਂ ਜ਼ਿਕਰ ਕੀਤਾ ਸੀ ਆਪਣੀਆਂ ਪ੍ਰੈਜੈਂਟੇਸ਼ਨਸ ਵੀ ਪਿਛਲੇ ਦਿਨ ਮੈਂ ਕਿਹਾ ਅੱਜ ਜਿਹੜੇ ਸਮਝਦੇ ਨੇ ਜੀ ਇੰਡੀਆ ਬਹੁਤ ਵੱਡੀ ਇਕਨੋਮੀ ਦੁਨੀਆ ਦੀ ਫਰਾਨਾ ਟਮਕਾ ਮੈਂ ਕਿਹਾ ਲੈਸ ਥੈਨ 2% ਹੈ ਇੰਡੀਆ ਦੀ ਇਕਨੋਮੀ ਗਲੋਬਲ ਇਕਨੋਮੀ 'ਚ ਉਹਦਾ ਸ਼ੇਅਰ ਤੇ ਜਿਸ ਮੁਗਲਿਆ ਸਾਮਰਾਜ ਦੀ ਅਸੀਂ ਗੱਲ ਕਰਦੇ ਆਂ ਜਿਹਦੇ ਨਾਲ ਸਿੱਖਾਂ ਨੇ ਟੱਕਰ ਲਈ ਉਸ ਵੇਲੇ ਦੀ ਗਲੋਬਲ ਜਿਹੜੀ ਇਕਨੋਮੀ ਸੀ ਉਹਦਾ 22% ਮੁਗਲਿਆ ਸਲਤਨਤ ਦੇ ਕੋਲ ਜਿਹੜੀ ਟੈਰਿਟਰੀ ਸੀ ਉਹਦੇ 'ਚ ਵਪਾਰ ਹੁੰਦਾ ਸੀ ਤੇ ਉਸ ਜ਼ਮਾਨੇ 'ਚ ਜਿੱਦੇ ਸਾਡੇ ਕੋਲ ਕੋਈ ਸਾਧਨ ਨਹੀਂ ਸੀ ਇੱਕ ਕੋਈ ਬਰਾਬਰ ਦਾ ਹਥਿਆਰ ਨਹੀਂ ਕੋਈ ਘੋੜੇ ਨਹੀਂ ਕੋਈ ਨੰਬਰ ਨਹੀਂ ਕੋਈ ਗਿਣਤੀ ਨਹੀਂ ਕੋਈ ਸਪੋਰਟ ਨਹੀਂ ਕਿਸੇ ਲੈਵਲ ਦੀ ਮੁਲਕ ਦੀ ਤੇ ਜੇ ਉਦੋਂ ਇਹ ਰਿਜ਼ੋਲਵ ਸੀ ਖਾਲਸੇ ਦਾ ਕਿ ਪਾਈ ਅਸੀਂ ਜਿਹੜਾ ਉਹ ਇਨ ਗਰੀਬ ਸਿੱਖਨ ਕੋ ਦੇਉਂ ਪਾਤਸ਼ਾਹੀ ਇਹ ਯਾਦ ਕਰੇ ਹਮਰੀ ਗੁਰਿਆਈ ਵੀ ਅਸੀਂ ਪਾਤਸ਼ਾਹਾਂ ਜਾਂ ਹਮ ਪਾਤਸ਼ਾਹੀ ਸਤਗੁਰ ਦੇਈ ਹੰਨੇ ਹੰਨੇ ਲਾਏ ਜائیں ਜائیں ਵੈ ਜ਼ਮੀਨ ਮਾਲ ਤਹ ਤਖਤ ਬਣਾਏ ਵੀ ਅਸੀਂ ਤਾਂ ਪਾਦਸ਼ਾਹ ਦੇ ਘੋੜੇ ਦੇ ਹੰਨੇ ਨਾਲ ਬੰਨੀ ਹੋਈ ਹੈ ਜਿੱਥੇ ਅਸੀਂ ਜਿੱਥੇ ਇੱਕ ਸਿੱਖ ਬੈਠਦਾ ਉਹ ਜਿੱਥੇ ਸਾਜਾਂ ਦਾ ਉਹਦਾ ਤਖਤ ਹੈ ਕਿਉਂਕਿ ਉਹ ਆਪਣੀ ਕਿਸਮਤ ਆਪ ਫੈਸਲਾ ਕਰਦਾ ਹੈ ਉਹ ਕਿਸੇ ਦਾ ਮੁਤਾਜ ਨਹੀਂ ਹੈ ਕਿਸੇ ਦਾ ਗੁਲਾਮ ਨਹੀਂ ਤੇ ਅਲਟੀਮੇਟਲੀ ਲੜਾਈ ਵਧੀਆ ਹਥਿਆਰਾਂ ਨਾਲ ਨਹੀਂ ਜਿੱਤੀ ਜਾਂਦੀ ਲੜਾਈ ਵਿਲ ਦੇ ਨਾਲ ਜਿੱਤੀ ਜਾਂਦੀ ਹੈ ਲੜਾਈ ਈਮਾਨ ਦੇ ਨਾਲ ਜਿੱਤੀ ਜਾਂਦੀ ਹੈ ਵਿਲ ਵੀ ਉਹਨਾਂ ਲੋਕਾਂ ਦੀ ਬਣਦੇ ਆ ਜਿਨ੍ਹਾਂ ਦੇ ਕੋਲ ਈਮਾਨ ਹੁੰਦਾ ਹੈ ਈਮਾਨ ਤੁਹਾਡਾ ਸੱਚਾਈ ਵੀ ਹੈ ਤੁਹਾਡੀ ਕਿਰਤ ਵੀ ਹੈ ਤੁਹਾਡੇ ਜੀਵਨ ਦੇ ਅੰਦਰ ਸਿੱਖੀ ਦੀ ਖੁਸ਼ਬੂ ਵੀ ਹੈ ਤੇ ਜੇ ਈਮਾਨ ਹੈ ਤੇ ਫਿਰ ਇਰਾਦਾ ਜਿਹੜਾ ਉਸ ਦੇ ਸਾਹਮਣੇ ਕੋਈ ਵੀ ਜਿਹੜਾ ਲਫਜ਼ ਹੈ ਇੰਪੋਸੀਬਲ ਜਾਂ ਅਸੰਭਵ ਲਫਜ਼ ਉਸ ਦੀ ਡਿਕਸ਼ਨਰੀ 'ਚ ਨਹੀਂ ਹੁੰਦਾ ਟੈਂ ਦੀ ਕਲਾ ਵੀ ਉਹਦੀ ਡਿਕਸ਼ਨਰੀ 'ਚ ਨਹੀਂ ਹੁੰਦਾ ਸੋ ਅਸੀਂ ਸਮਝਦੇ ਆਂ ਵੀ ਅਸੀਂ ਜਦੋਂ ਕੁਝ ਵੀ ਨਹੀਂ ਸੀ ਬਿਲਕੁਲ ਰਿਸੋਰਸ ਲੈਸ ਸੀ ਉਦੋਂ ਅਸੀਂ ਕ੍ਰਿਸ਼ਮਾ ਦਿਖਾਇਆ ਅੱਜ ਤੱਕ ਅਸੀਂ 35 ਮਿਲੀਅਨ ਹੈ 5 ਮਿਲੀਅਨ ਡਾਇਸਪੋਰਾ ਹੈ ਚਾਹੇ ਦੁਨੀਆ ਦਾ ਪੰਜਵਾਂ ਵੱਡਾ ਧਰਮ ਹੈ ਖਾਂਦੇ ਪੀਂਦੇ ਲੋਕ ਹੈ ਸਮਝਦੇ ਆ ਉਹਨਾਂ ਦੀਆਂ ਨੀਤੀਆਂ ਨੂੰ ਸਾਡੀ 3rd ਜਨਰੇਸ਼ਨ ਜਿਹੜੀ ਹੈ 80s ਤੋਂ ਬਾਅਦ ਦੀ ਉਹਨੇ ਵੀ ਝੰਡਾ ਚੁੱਕ ਲਿਆ ਔਰ ਜਿਵੇਂ ਡਾਇਸਪੋਰਾ ਨੇ ਖਾਲਸਤਾਨ ਰੈਫਰੈਂਡਮ ਦੇ ਮੁੱਦੇ ਦੇ ਉੱਤੇ ਦੁਨੀਆ ਪਾਰ ਦੇ ਵਿੱਚ ਆਪਣੀ ਸਪੋਰਟ ਥਰੋ ਕੀਤੀ ਹੈ ਇਹ ਕੋਈ ਛੋਟੀਆਂ ਪ੍ਰਾਪਤੀਆਂ ਨਹੀਂ ਨੇ ਸੋ ਗਰੇਵਾਲ ਸਾਹਿਬ ਦਾ ਵੀ ਸ਼ੁਕਰੀਆ ਔਰ ਅਸੀਂ ਇਸੇ ਹੀ ਸਪਿਰਟ ਦੇ ਨਾਲ ਅੱਗੇ ਵਧਣਾ ਕਿ ਵੀ ਸ਼ੈਲ ਓਵਰਕਮ ਜਵੇਂ ਮਾਰਟਨ 루थर किंग ਇਰਾਚੇ ਆਇਆ ਸੀ ਕਿ ਹਮ ਹੋਣਗੇ ਕਾਮਯਾਬ ਇੱਕ ਦਿਨ ਸਾਡੇ ਗੁਰੂ ਨੇ ਤਾਂ ਸਾਨੂੰ ਨਿਸ਼ਚੈ ਕਰ ਆਪਣੀ ਜਿੱਤ ਕਰੋ ਦਾ ਜਿਹੜਾ ਹੈ ਉਹ ਦਿੱਤਾ ਹੋਇਆ ਹੈ ਡਰੇੜੇ ਇਰਾਦਾ ਔਰ ਅਸੀਂ ਇਸ ਦੇ ਉੱਤੇ ਹੀ ਅਮਨਾਂ ਕਰਕੇ ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਸਤਾਨ ਲਿਬ੍ਰੇਟ ਕਰਵਾਉਣਾ ਹੀ ਕਰਵਾਉਣਾ ਹੈ ਇਸ ਬਾਰੇ ਕਿਸੇ ਨੂੰ ਕੋਈ ਸ਼ੱਕ ਸ਼ੁਭਾ ਨਹੀਂ ਹੋਣਾ ਚਾਹੀਦਾ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਵੱਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਏ ਫੀਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ ਏਜੀ 4 ਇੱਕ ਪੰਥਕ ਚੈਨਲ ਹੈ ਔਰ ਟੀਵੀ ਏਜੀ 4 ਦੀ ਚੜ੍ਹਦੀ ਕਲਾ ਲਈ ਵਾਧਾ ਟੁਨੇਟ ਕਰੋੜ ਨੇੜੇ ਕਲੀ ਸਾਡੀ ਵੈਬਸਾਈਟ ਟੀਵੀ ਏਜੀ 4 ਟਾ ਟੀਵੀ ਤੇ ਜਾ ਕੇ ਪੇਪਲ ਦੇ ਵਰਤੋਂ ਕਰਕੇ ਵਨ ਟਾਈਮ ਟੁਨੇਟ ਕਰ ਸਕਦੇ ਹੋ ਮੰਥਲੀ ਟੁਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ ਰਿਪੋਰਟ ਦੇ ਨਾਮ ਤੇ ਚੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਲੌਂਗਲੈਂਡ ਸਿਟੀ ਨਿਊਯਾਰਕ 10101 ਯੂ ਐਸ اے ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਦੋਸਤਾਂ ਨੂੰ ਈਮੇਲ ਵੀ ਕਰ ਸਕਦੇ info@tvreport.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਸੌਥ ਲੈਣੇ ਬ੍ਰੇਕ ਈਵਰਸ ਦੋਸਤਾਂ ਐਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਆਂ ਛੋਟੇ ਜੇ ਵਕਪੇ ਦੁਬਾਰਾ